ਹੈਲੋ ਪਿਆਰੇ ਦੋਸਤੋ, ਅੱਜ ਦੇ ਇਸ ਵਿਗਿਆਨਕ ਸਫ਼ਰ ਦੇ ਵਿੱਚ ਜਿਹਦੇ ਵਿੱਚ ਆਪਾਂ ਤੁਹਾਡੀ ਜਮਾਤ ਦੇ ਪਾਠ ਇਲੈਕਟ੍ਰੀਸਿਟੀ ਦੇ ਲੈਕਚਰ 2 ਵੱਲ ਜਾ ਰਹੇ ਹਾਂ। ਇੱਕ ਲੈਕਚਰ ਆਪਣਾ ਪਹਿਲਾਂ ਹੋ ਚੁੱਕਿਆ ਬੇਟਾ, ਜਿਹਦੇ 'ਚ ਆਪਾਂ ਇਲੈਕਟ੍ਰੀਸਿਟੀ ਬਾਰੇ ਜਾਣਿਆ। ਅੱਜ ਜਿਹੜਾ ਦੂਜਾ, ਇਸ ਤੋਂ ਬਾਅਦ ਇੱਕ ਲੈਕਚਰ ਤੁਹਾਡਾ ਹੋਰ ਹੋਣਾ ਇਸੇ ਪਾਠ ਦਾ। ਤਾਂ ਅੱਜ ਦੇ ਪਾਠ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ। ਮੰਨ ਲਓ ਕਿ ਤੁਹਾਡੇ ਕੋਲ ਇੱਕ ਬਲਬ ਹੈ, ਐਂਡ ਉਸ ਬਲਬ ਦੇ ਨਾਲ ਤੁਸੀਂ ਇੱਕ ਛੋਟਾ ਸੈੱਲ ਲਾ ਤਾ, ਬਲਬ ਜਿਹੜਾ ਉਹ ਜਗਣ ਲੱਗ ਪਿਆ, ਠੀਕ ਹੈ। ਫਿਰ ਤੁਸੀਂ ਕੀ ਕੀਤਾ ਕਿ ਉਹਦੀ ਜਗ੍ਹਾ 'ਤੇ ਜਿਹੜਾ ਇੱਕ ਸੈੱਲ ਲਾਇਆ ਸੀ, ਹੁਣ ਤੁਸੀਂ ਦੋ ਸੈੱਲ ਇਕੱਠੇ ਜੋੜ ਲਏ, ਇੱਕ ਦਾ ਪੋਜ਼ਿਟਿਵ ਦੂਜੇ ਦੇ ਨੈਗੇਟਿਵ ਨਾਲ, ਫਿਰ ਪੋਜ਼ਿਟਿਵ ਨੈਗੇਟਿਵ ਨਾਲ ਜੋੜ ਕੇ ਦੋ ਸੈੱਲ ਲਾ ਤੇ ਬਲਬ ਨਾਲ, ਤਾਂ ਬਲਬ ਨੂੰ ਕੀ ਫਰਕ ਪਏਗਾ? ਬਲਬ ਜਿਹੜਾ ਉਹ ਅੱਗੇ ਨਾਲੋਂ ਜ਼ਿਆਦਾ ਰੋਸ਼ਨੀ ਦੇਗਾ, ਹੈ ਨਾ, ਪਤਾ ਨਾ ਸਾਰਿਆਂ ਨੂੰ। ਹੁਣ ਜੇ ਆਪਾਂ ਦੋ ਸੈੱਲਾਂ ਦੀ ਜਗ੍ਹਾ 'ਤੇ ਇੱਕ ਸੈੱਲ ਹੋਰ ਵਧਾ ਦਈਏ, ਫਿਰ ਕੀ ਹੋਊਗਾ? ਹੁਣ ਤੁਸੀਂ ਇਹ ਨਾ ਕਹਿਣਾ ਕਿ ਜਿਹੜੀ ਉਹਦਾ ਰੋਸ਼ਨੀ ਹੈ ਉਹ ਬਹੁਤ ਵੱਧ ਜਾਏਗੀ। ਮੈਨੂੰ ਇਹ ਲੱਗਦਾ ਕਿ ਹੁਣ ਦੋ ਚਾਂਸ ਬਣ ਗਏ ਬੇਟਾ, ਜਿਵੇਂ ਜਿਵੇਂ ਆਪਾਂ ਸੈੱਲ ਵਧਾ ਰਹੇ ਹਾਂ। ਹੋ ਸਕਦਾ ਕਿ ਬਲਬ ਦੀ ਰੋਸ਼ਨੀ ਵੱਧ ਜਾਵੇ, ਹੋ ਸਕਦਾ ਕਿ ਜਿਹੜਾ ਬਲਬ ਹੈ ਉਹ ਫਿਊਜ਼ ਹੋ ਜਾਵੇ। ਜੇ ਆਪਾਂ ਸੈੱਲ ਵਧਾਈ ਚੱਲਾਂਗੇ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਹੋ ਸਕਦਾ ਕਿ ਬਲਬ ਜਿਹੜਾ ਉਹ ਫਿਊਜ਼ ਹੋ ਜਾਵੇ। ਤਾਂ ਅੱਜ ਦਾ ਲੈਕਚਰ ਜਿਹੜਾ ਉਹ ਇਸੇ ਗੱਲ 'ਤੇ ਆਧਾਰਿਤ ਹੈ। ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਦੱਸਿਆ ਸੀ ਕਿ ਆਪਾਂ ਓਮਜ਼ ਲੋਅ ਬਾਰੇ ਪੜ੍ਹਾਂਗੇ, ਆਪਾਂ ਓਮਜ਼ ਲੋਅ ਵੱਲ ਹੀ ਅੱਗੇ ਵੱਧ ਰਹੇ ਹਾਂ। ਇਹ ਓਮ ਦਾ ਨਿਯਮ ਹੈ ਬੇਟਾ। ਹੁਣ ਤੁਸੀਂ ਸੋਚੋ ਕਿ ਇਹ ਕਿੰਨਾ ਇੰਪੋਰਟੈਂਟ ਹੈ ਸਾਡੀ ਲਾਈਫ ਦੇ ਵਿੱਚ। ਜੇ ਓਮਜ਼ ਲੋਅ ਜਿਹੜਾ ਉਹਦੇ ਬਾਰੇ ਆਪਾਂ ਨੂੰ ਨਾ ਪਤਾ ਹੋਵੇ ਤਾਂ ਕੀ ਜਿਹੜੇ ਤੁਸੀਂ ਬਲਬ ਘਰਾਂ 'ਚ ਯੂਜ਼ ਕਰਦੇ ਹੋ ਉਹ ਜਦੋਂ ਡਿਜ਼ਾਈਨ ਕੀਤੇ ਜਾਂਦੇ ਨੇ ਤਾਂ ਉੱਥੇ ਓਮਜ਼ ਲੋਅ ਵਰਤਿਆ ਜਾਂਦਾ। ਤੁਸੀਂ ਘਰ 'ਚ ਪ੍ਰੈਸ ਵਰਤਦੇ ਹੋ, ਪ੍ਰੈਸ ਨੂੰ ਕਿੰਨਾ ਕਰੰਟ ਚਾਹੀਦਾ, ਕਿੰਨੀ ਵੋਲਟੇਜ ਆਏਗੀ, ਇਹਦੇ ਲਈ ਓਮਜ਼ ਲੋਅ ਯੂਜ਼ ਹੁੰਦਾ। ਹਰ ਇੱਕ ਅਪਲਾਇੰਸ ਜਿਹੜਾ ਜਦੋਂ ਉਹ ਬਣਾਇਆ ਜਾਂਦਾ, ਜਿਹੜਾ ਵੀ ਉਪਕਰਨ ਤੁਸੀਂ ਦੇਖਦੇ ਹੋ ਉਹਦੇ ਲਈ ਓਮਜ਼ ਲੋਅ ਦੀ ਵਰਤੋਂ ਹੁੰਦੀ ਹੈ। ਸੋ ਓਮਜ਼ ਲੋਅ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ। ਐਂਡ ਪਿਛਲੇ ਲੈਕਚਰ 'ਚ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਓਮ ਸੀਗੇ ਇਹਨਾਂ ਨੇ 1827 ਦੇ ਵਿੱਚ ਇਹ ਵਾਲਾ ਆਪਦਾ ਜਿਹੜਾ ਲੋਅ ਦਿੱਤਾ ਸੀਗਾ, ਠੀਕ ਹੈ। ਸੋ ਅੱਜ ਦਾ ਲੈਕਚਰ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ। ਮੈਂ ਆਸ ਕਰਦਾ ਕਿ ਤੁਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਸਮਝੋਗੇ, ਜਿਹੜੀਆਂ ਗੱਲਾਂ ਮੇਨ ਹੋਣ ਉਹਨਾਂ ਨੂੰ ਨੋਟ ਕਰਦੇ ਜਾਣਾ। ਸੋ ਸ਼ੁਰੂਆਤ ਕਰਦੇ ਹਾਂ ਬੇਟਾ। ਸਭ ਤੋਂ ਪਹਿਲੇ ਨੰਬਰ 'ਤੇ, ਕਿਉਂਕਿ ਆਪਾਂ ਸਰਕਿਟਸ ਬਾਰੇ ਪੜ੍ਹਨਾ, ਤੁਸੀਂ ਸਲਾਈਡ 'ਚ ਦੇਖ ਸਕਦੇ ਹੋ ਕਿ ਜਿਹੜੇ ਇਹ ਵਾਲੇ ਉਪਕਰਨ ਨੇ ਇਹਨਾਂ ਉਪਕਰਨਾਂ ਦੇ ਬਾਰੇ ਤੁਹਾਨੂੰ ਸਿੰਬਲ ਇਹਨਾਂ ਦੇ ਯਾਦ ਹੋਣੇ ਚਾਹੀਦੇ ਨੇ। ਜਿਵੇਂ ਜਿਹੜਾ ਸੈੱਲ ਹੈ, ਸੈੱਲ ਜਿਹੜਾ ਉਹਦਾ ਸਿੰਬਲ ਕੀ ਹੁੰਦਾ, ਬੈਟਰੀ ਦਾ ਸਿੰਬਲ ਕੀ ਹੈ, ਬਲਬ ਨੂੰ ਆਪਾਂ ਕਿਵੇਂ ਕਿਹੜੇ ਚਿੰਨ੍ਹ ਨਾਲ ਰੀਪ੍ਰਜੈਂਟ ਕਰਦੇ ਹਾਂ, ਇਹ ਯਾਦ ਹੈ ਨਾ, ਆਪਾਂ ਪਿਛਲੇ ਲੈਕਚਰ 'ਚ ਇਹਨੂੰ ਪੜ੍ਹ ਚੁੱਕੇ ਹੋਏ ਹਾਂ ਸਾਰੇ ਜਣੇ, ਠੀਕ ਹੈ। ਇਸ ਤੋਂ ਬਾਅਦ ਫਿਰ ਐਮ ਮੀਟਰ ਜਿਹੜਾ ਉਹਨੂੰ ਕਿੱਦਾਂ ਰੀਪ੍ਰਜੈਂਟ ਕਰਦੇ ਨੇ, ਫਿਰ ਗਲਵੈਨੋਮੀਟਰ ਨੂੰ ਕਿੱਦਾਂ ਰੀਪ੍ਰਜੈਂਟ ਕਰਦੇ ਨੇ, ਅਤੇ ਲਾਸਟ 'ਤੇ ਵੋਲਟਮੀਟਰ ਨੂੰ ਕਿੱਦਾਂ ਰੀਪ੍ਰਜੈਂਟ ਕਰਦੇ ਨੇ, ਓਕੇ। ਅੱਗੇ ਚਲਦੇ ਹਾਂ ਬੇਟਾ ਕਿ ਆਪਾਂ ਪਿਛਲੇ ਲੈਕਚਰ ਦੇ ਵਿੱਚ ਸਿੱਖਿਆ ਕਿ ਜਿੰਨੇ ਵੀ ਚਾਲਕ ਨੇ ਉਹਨਾਂ ਵਿੱਚ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ। ਤਾਂ ਇਹ ਛੋਟੀ ਜਿਹੀ ਕਲਿੱਪ ਤੁਸੀਂ ਦੇਖੋ, ਇਹ ਮੰਨ ਲਓ ਕਿ ਇੱਕ ਕੰਡਕਟਰ ਦੇ, ਇੱਕ ਚਾਲਕ ਦੇ ਤੁਸੀਂ ਅੰਦਰ ਚਲੇ ਗਏ ਤਾਂ ਉਹਦੇ ਅੰਦਰ ਕਿੱਦਾਂ ਦੇ ਐਟਮਸ ਹੁੰਦੇ ਨੇ ਉਹ ਤੁਸੀਂ ਦੇਖ ਰਹੇ ਹੋ। ਉਹਨਾਂ ਦੇ ਆਲੇ ਦੁਆਲੇ ਜਿਹੜੇ ਤੁਹਾਨੂੰ ਘੁੰਮਦੇ ਨਜ਼ਰ ਆ ਰਹੇ ਨੇ ਇਹ ਇਲੈਕਟ੍ਰੋਨਸ ਨੇ, ਲੇਕਿਨ ਆਮ ਤੌਰ 'ਤੇ ਜਿਹੜੇ ਇਲੈਕਟ੍ਰੋਨਸ ਨੇ ਤੁਸੀਂ ਨੋਟ ਕਰੋ ਧਿਆਨ ਨਾਲ, ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾ ਰਹੇ ਨੇ। ਇਹਨਾਂ ਮਤਲਬ ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਉਹ ਫ੍ਰੀ ਹੁੰਦੇ ਨੇ, ਠੀਕ ਹੈ। ਜਿਹੜੇ ਇਲੈਕਟ੍ਰੋਨ ਨੇ ਉਹਨਾਂ 'ਤੇ ਰਿਨ ਚਾਰਜ ਹੁੰਦਾ, ਐਂਡ ਜਿਹੜਾ ਨਿਊਕਲੀਅਸ ਹੈ ਉਹਦੇ 'ਤੇ ਪੋਜ਼ਿਟਿਵ ਚਾਰਜ ਹੁੰਦਾ। ਐਂਡ ਸਾਨੂੰ ਪਤਾ ਹੈ ਕਿ ਜਿਹੜੇ ਪੋਜ਼ਿਟਿਵ ਅਤੇ ਨੈਗੇਟਿਵ ਨੇ ਉਹ ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ, ਠੀਕ ਹੈ, ਇੱਕ ਦੂਜੇ ਨੂੰ ਆਪਦੇ ਵੱਲ ਖਿੱਚਦੇ ਨੇ। ਇਹ ਵੀ ਯਾਦ ਰੱਖੋ ਕਿ ਜਿਹੜੀ ਚਾਰਜ ਦੀ SI ਇਕਾਈ ਹੈ ਉਹ ਕੂਲਮ ਹੁੰਦੀ ਹੈ। ਸੋ ਆਪਾਂ ਇਹ ਸਿੱਖੇ ਕਿ ਜਿੰਨੇ ਵੀ ਕੰਡਕਟਰ ਨੇ ਇਹਨਾਂ ਵਿੱਚ ਫ੍ਰੀ ਇਲੈਕਟ੍ਰੋਨਸ ਨੇ, ਹੈ ਨਾ। ਤਾਂ ਤੁਸੀਂ ਇੱਕ ਗੱਲ ਸੋਚੋ, ਤੁਸੀਂ ਇਹ ਸੋਚੋ ਕਿ ਜਿਹੜੇ ਕੰਡਕਟਰ ਨੇ, ਜੇ ਉਹਨਾਂ 'ਚ ਫ੍ਰੀ ਇਲੈਕਟ੍ਰੋਨਸ ਨੇ, ਇਹ ਸਾਰੇ ਅਵਾਰਾ ਘੁੰਮ ਰਹੇ ਨੇ। ਅਵਾਰਾ ਕਿਵੇਂ? ਬਸ ਇੱਧਰ ਉੱਧਰ ਗੇੜੇ ਹੀ ਕੱਢਦੇ ਫਿਰਦੇ ਨੇ, ਹੈ ਨਾ। ਜੇ ਉਹ ਇੱਧਰ ਉੱਧਰ ਗੇੜੇ ਕੱਢਦੇ ਰਹਿਣਗੇ, ਆਪਾਂ ਇਹ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਨਾਲ ਇਹਨਾਂ ਇਲੈਕਟ੍ਰੋਨਸ ਜਿਹੜੇ ਨੇ ਇਹਨਾਂ ਨੂੰ ਇੱਕ ਪਾਸੇ ਨੂੰ ਭੇਜ ਦਈਏ, ਮਤਲਬ ਇਹਨਾਂ ਨੂੰ ਡਿਸਿਪਲਿਨਡ ਬਣਾਈਏ। ਇਸ ਵਕਤ ਇਹ ਸਾਰੇ ਅਵਾਰਾ ਨੇ ਅਤੇ ਇਲੈਕਟ੍ਰੋਨ ਵੀਡੀਓ
ਹੁਣ ਆਪਾਂ ਨੂੰ ਇਹ ਪਤਾ ਹੈ ਕਿ ਇਲੈਕਟ੍ਰੋਨ 'ਤੇ ਜਿਹੜਾ ਚਾਰਜ ਹੈ ਉਹ ਰਿੰਗ ਚਾਰਜ ਹੈ, ਹੈ ਨਾ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਰ ਇੱਕ ਬੈਟਰੀ ਦਾ ਇੱਕ ਪੋਟੈਂਸ਼ੀਅਲ ਡਿਫਰੈਂਸ ਉਹ ਸਾਨੂੰ ਦਿੰਦੀ ਹੈ। ਹੁਣ ਇਹ ਪੋਟੈਂਸ਼ੀਅਲ ਡਿਫਰੈਂਸ ਕੀ, ਇਹਨੂੰ ਜਾਣਨਾ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ ਆਮ ਬੋਲਚਾਲ ਦੀ ਭਾਸ਼ਾ 'ਚ ਆਪਾਂ ਕਹਿੰਦੇ ਕਿ ਸਾਨੂੰ ਵੋਲਟੇਜ ਚਾਹੀਦੀ ਹੁੰਦੀ ਹੈ ਕਰੰਟ ਚਲਾਉਣ ਵਾਸਤੇ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ, ਜਿੱਦਾਂ ਮੇਰੇ ਕੋਲ ਆਹ ਇੱਕ ਪੈੱਨ ਨੇ, ਰਾਈਟ। ਹੁਣ ਜਿਹੜਾ ਇਹ ਪੈੱਨ ਨੇ, ਇਸ ਪੈੱਨ ਨੂੰ ਜੇਕਰ ਮੈਂ ਇੱਥੋਂ ਇੱਥੇ ਲੈ ਕੇ ਜਾਣਾ ਤਾਂ ਮੈਨੂੰ ਕੀ ਕਰਨਾ ਪਏਗਾ, ਇਹਨੂੰ ਬਲ ਲਾਉਣਾ ਪਏਗਾ, ਹੈ ਨਾ। ਬਲ ਲਾ ਕੇ ਇਹਨੂੰ ਵਿਸਥਾਪਨ ਦੇਣਾ ਪਏਗਾ। ਸੋ ਜਦੋਂ ਵੀ ਅਸੀਂ ਕਿਸੇ ਵਸਤੂ 'ਤੇ ਬਲ ਲਾ ਕੇ ਉਹਨੂੰ ਵਿਸਥਾਪਿਤ ਕਰਦੇ ਹਾਂ ਤਾਂ ਅਸੀਂ ਬੋਲਦੇ ਹਾਂ ਕਿ ਵਰਕ ਹੋ ਰਿਹਾ, ਕਾਰਜ ਹੋ ਰਿਹਾ। ਸੋ ਪਹਿਲੀ ਗੱਲ ਇਹ ਯਾਦ ਰੱਖ ਲਓ ਕਿ ਕਾਰਜ ਕੀ ਹੁੰਦਾ, ਜਦੋਂ ਬਲ ਲੱਗੇ, ਬਲ ਲੱਗਣ ਤੋਂ ਬਾਅਦ ਵਿਸਥਾਪਨ ਆਵੇ। ਇਜ਼ ਦੈਟ ਕਲੀਅਰ? ਅਗਲੀ ਗੱਲ, ਹੁਣ ਪੋਟੈਂਸ਼ੀਅਲ ਅੰਤਰ ਕੀ ਹੈ, ਇਹ ਆਪਾਂ ਪਿਛਲੀ ਵਾਰ ਵੀ ਜਾਣਿਆ ਸੀਗਾ ਕਿ ਪੋਟੈਂਸ਼ੀਅਲ ਅੰਤਰ ਕੁਝ ਵੀ ਨਹੀਂ ਬੇਟਾ, ਬਸ ਇਹਨੂੰ ਇੱਦਾਂ ਯਾਦ ਰੱਖਣਾ, ਇਹ ਕਾਰਜ ਬਟਾ ਚਾਰਜ ਹੈ, ਮੈਨੇ ਕਿੰਨਾ ਕਿੰਨੇ ਚਾਰਜ 'ਤੇ ਕਿੰਨਾ ਕਾਰਜ ਹੋ ਰਿਹਾ, ਠੀਕ ਹੈ। ਇਹਨੂੰ ਅਸੀਂ ਵੋਲਟ 'ਚ ਮਾਪਦੇ ਹਾਂ। ਹੁਣ ਤੋਂ ਮੈਂ ਜਦੋਂ ਵੀ ਤੁਹਾਨੂੰ ਇਹ ਕਹਾਂ ਕਰਾਂਗਾ ਕਿ ਇਹ ਜਿਹੜਾ ਪੋਟੈਂਸ਼ੀਅਲ ਅੰਤਰ ਕੀ ਹੁੰਦਾ, ਤਾਂ ਤੁਸੀਂ ਇੱਦਾਂ ਹੀ ਸਮਝਣਾ ਕਿ ਇੱਕ ਤਰੀਕੇ ਨਾਲ ਵਰਕ ਕੀਤਾ ਜਾ ਰਿਹਾ, ਕਾਰਜ ਕੀਤਾ ਜਾ ਰਿਹਾ। ਵਰਕ ਕਦੋਂ ਹੋਏਗਾ? ਜਦੋਂ ਅਸੀਂ ਫੋਰਸ ਲਾਵਾਂਗੇ। ਫੋਰਸ ਲਾਉਣ ਤੋਂ ਬਾਅਦ ਉਹ ਕੀ ਹੋਏਗਾ ਕਿ ਕੁਝ ਨਾ ਕੁਝ ਚੱਲੇਗਾ, ਡਿਸਪਲੇਸ ਹੋਏਗਾ। ਹੁਣ ਜਿਹੜੀ ਬੈਟਰੀ ਹੈ ਉਹ ਕੀ ਕਰਦੀ ਹੈ? ਬੈਟਰੀ 'ਚ ਤੁਸੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੈਟਰੀ ਦਾ ਇੱਕ ਜਿਹੜਾ ਉਹ ਪੋਜ਼ਿਟਿਵ ਟਰਮੀਨਲ ਹੁੰਦਾ, ਹੈ ਨਾ, ਇੱਕ ਨੈਗੇਟਿਵ ਟਰਮੀਨਲ ਹੁੰਦਾ। ਹੁਣ ਜਿਹੜਾ ਪੋਜ਼ਿਟਿਵ ਟਰਮੀਨਲ ਹੈ ਇਹ ਕੀ ਕਰਦਾ, ਇਲੈਕਟ੍ਰੋਨਸ ਨੂੰ, ਹੁਣ ਇਲੈਕਟ੍ਰੋਨ 'ਤੇ ਕਿਹੜਾ ਚਾਰਜ ਹੁੰਦਾ? ਰਿੰਨ, ਹੈ ਨਾ। ਤਾਂ ਜਿਹੜਾ ਰਿੰਨ ਹੈ ਉਹ ਧਨ ਵੱਲ ਕੀ ਹੋਏਗਾ, ਆਕਰਸ਼ਿਤ ਹੋਏਗਾ ਨਾ। ਇਹਨਾਂ ਮਤਲਬ ਇਹ ਹੈ ਕਿ ਜਦੋਂ ਇਲੈਕਟ੍ਰੋਨ ਜਿਹੜੇ ਨੇ ਉਹ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਵੱਲ ਭੱਜਦੇ ਨੇ ਤਾਂ ਉਹਨਾਂ 'ਤੇ ਪੋਜ਼ਿਟਿਵ ਟਰਮੀਨਲ ਬਲ ਲਗਾ ਰਿਹਾ ਹੁੰਦਾ। ਜਦੋਂ ਬਲ ਲੱਗਣ 'ਤੇ ਜਿਹੜੇ ਇਲੈਕਟ੍ਰੋਨਸ ਨੇ ਉਹ ਚੱਲ ਰਹੇ ਨੇ ਤਾਂ ਅਸੀਂ ਬੋਲਾਂਗੇ ਉਹਨਾਂ 'ਤੇ ਕਾਰਜ ਹੋ ਰਿਹਾ। ਜਦੋਂ ਚਾਰਜ ਜਿਹੜਾ ਉਹ ਚੱਲਣ ਲੱਗ ਪਏ ਤਾਂ ਕਿੰਨਾ ਚਾਰਜ ਜਿਹੜਾ ਉਹ ਜਦੋਂ ਚੱਲਿਆ ਉਹਦੇ ਲਈ ਕਿੰਨਾ ਕਾਰਜ ਕਰਨਾ ਪਿਆ, ਇਹਨੂੰ ਕੱਢਣ ਵਾਸਤੇ ਆਪਾਂ ਪੋਟੈਂਸ਼ੀਅਲ ਅੰਤਰ ਬਣਾਇਆ ਹੋਇਆ। ਓਕੇ, ਇਹਦੇ ਬਾਰੇ ਆਪਾਂ ਹੋਰ ਗੱਲ ਕਰਾਂਗੇ ਅੱਜ ਡਿਟੇਲ ਦੇ ਵਿੱਚ। ਇਸ ਤੋਂ ਬਾਅਦ ਤੁਸੀਂ ਸਲਾਈਡ 'ਚ ਦੇਖ ਸਕਦੇ ਹੋ ਕਿ ਬਿਜਲਈ ਕਰੰਟ ਕੀ ਹੈ। ਹੁਣ ਬਿਜਲਈ ਕਰੰਟ ਕੀ ਹੈ? ਅਫਕੋਰਸ ਆਪਾਂ ਇਸ ਵਰਡ ਨਾਲ ਸਾਰੇ ਜਣੇ ਫੈਮਿਲੀਅਰ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਰੰਟ ਆਪਾਂ ਆਮ ਆਪਦੀ ਬੋਲਚਾਲ ਦੀ ਭਾਸ਼ਾ 'ਚ ਵਰਤਦੇ ਰਹਿੰਦੇ ਸ਼ਬਦ। ਹੁਣ ਕੀ ਹੁੰਦਾ ਕਿ ਅਸਲ ਦੇ ਵਿੱਚ ਜਿਵੇਂ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਹੈ, ਤੁਹਾਨੂੰ ਪਤਾ ਹੈ ਕਿ ਜਿਹੜੇ ਇਲੈਕਟ੍ਰੋਨ ਸੀਗੇ ਕੰਡਕਟਰ ਦੇ ਵਿੱਚ ਇਹ ਪਹਿਲਾਂ ਬੜੇ ਆਵਾਰਾ ਜਿਹੇ ਘੁੰਮੀ ਜਾਂਦੇ ਸੀ, ਇਲੈਕਟ੍ਰੋਨ 'ਤੇ ਸੀ ਰਿੰਨ ਚਾਰਜ। ਜਦੋਂ ਆਪਾਂ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਲਾਇਆ ਤਾਂ ਉਹਨੇ ਕੀ ਕੀਤਾ ਕਿ ਇਹਨਾਂ ਇਲੈਕਟ੍ਰੋਨਸ ਨੂੰ ਸਿਆਣੇ ਬਣਾਤਾ। ਸਿਆਣੇ ਬਣਾਤਾ ਮਤਲਬ ਇਹ ਸਾਰੇ ਐਂ ਡਿਸਿਪਲਿਨ ਹੋ ਕੇ ਇੱਧਰ ਨੂੰ ਚੱਲਣਾ ਸ਼ੁਰੂ ਹੋ ਗਏ। ਹੁਣ ਆਪਾਂ ਕੀ ਕਰਨਾ, ਆਪਾਂ ਪਿਛਲੇ ਲੈਕਚਰ 'ਚ ਵੀ ਦੇਖਿਆ ਸੀਗਾ ਕਿ ਜਦੋਂ ਇਲੈਕਟ੍ਰੋਨਸ ਇੱਧਰ ਨੂੰ ਚੱਲਦੇ ਪਏ ਨੇ ਤਾਂ ਮੈਂ ਕੀ ਕਰਨਾ ਚਾਹੁੰਦਾ, ਵੀ ਇਲੈਕਟ੍ਰੋਨਸ ਚੱਲਣ ਦਾ ਮਤਲਬ ਇੱਧਰ ਨੂੰ ਚਾਰਜ ਚੱਲ ਰਿਹਾ ਹੈ, ਅਤੇ ਜੇ ਚਾਰਜ ਚੱਲ ਰਿਹਾ ਤਾਂ ਕਰੰਟ ਕੀ ਹੁੰਦਾ? ਆ ਫਾਰਮੂਲਾ ਤੁਹਾਡੇ ਕੋਲ ਹੈ, ਕਿੰਨਾ ਚਾਰਜ ਕਿੰਨੇ ਟਾਈਮ 'ਚ ਫਲੋ ਕਰ ਰਿਹਾ, ਠੀਕ ਹੈ। ਬਟ ਇੱਥੇ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਆਪਾਂ ਨੂੰ ਕਿਸੇ ਵੀ ਤਾਰ 'ਚੋਂ ਕਰੰਟ ਕੱਢਣ ਦੇ ਲਈ ਇੱਕ ਨਾਕਾ ਲਾਉਣਾ ਪੈਂਦਾ। ਇਹ ਉਵੇਂ ਹੀ ਹੈ ਜਿਵੇਂ ਇੱਕ ਸੜਕ 'ਤੇ ਤੁਸੀਂ ਆਵਾਜਾਈ ਕਰ ਜਿਹੜੀ ਹੈ ਉਹਦਾ ਜੇ ਟ੍ਰੈਫਿਕ ਨੋਟ ਕਰਨਾ ਹੋਵੇ ਵੀ ਕਿੰਨਾ ਟ੍ਰੈਫਿਕ ਚੱਲ ਰਿਹਾ ਤਾਂ ਤੁਹਾਨੂੰ ਉੱਥੇ ਇੱਕ ਨਾਕਾ ਲਾਉਣਾ ਪਏਗਾ। ਇਸ ਨਾਕੇ ਨੂੰ ਅਸੀਂ ਬੋਲਦੇ ਨੇ ਪਰੀ ਖੇਤਰ, ਜਾਂ ਇੰਗਲਿਸ਼ ਵਿੱਚ ਇਹਨੂੰ ਬੋਲ ਦਿੰਦੇ ਨੇ ਕਰੋਸ ਸੈਕਸ਼ਨ। ਇਸ ਕਰੋਸ ਸੈਕਸ਼ਨ ਦੇ ਵਿੱਚੋਂ ਕਿੰਨਾ ਚਾਰਜ ਇੱਕ ਸੈਕਿੰਡ 'ਚ ਲੰਘ ਜਾਏਗਾ, ਇਹਨੂੰ ਅਸੀਂ ਕੀ ਬੋਲਾਂਗੇ, ਵੀ ਇਹ ਇੱਥੇ ਕਿੰਨੇ ਐਮਪੀਅਰ ਕਰੰਟ ਚੱਲਦਾ ਪਿਆ। ਕਿਉਂ? ਕਿਉਂਕਿ ਕਰੰਟ ਦੀ ਜਿਹੜੀ SI ਇਕਾਈ ਉਹ ਕੀ ਹੁੰਦੀ ਹੈ? ਐਮਪੀਅਰ। ਬਟ ਇਹ ਵੀ ਆਪਾਂ ਪਿਛਲੇ ਲੈਕਚਰ 'ਚ ਗੱਲ ਕਰ ਚੁੱਕੇ ਹਾਂ ਕਿ ਸਾਡੇ ਜਿਹੜੇ ਪੂਰਵਜ ਸੀ ਉਹਨਾਂ ਦੀ ਰਿਸਪੈਕਟ ਦੇ ਲਈ, ਹਾਲਾਂਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਜਾਂਦੇ ਨੇ, ਪਰ ਅਸੀਂ ਕਰੰਟ ਦੀ ਡਾਇਰੈਕਸ਼ਨ ਜਿਹੜੀ ਹੈ ਉਹ ਕਿੱਧਰ ਤੋਂ ਕਿੱਧਰ ਮੰਨਦੇ ਹਾਂ? ਪੋਜ਼ਿਟਿਵ ਤੋਂ ਨੈਗੇਟਿਵ ਵਾਲੇ ਪਾਸੇ, ਠੀਕ ਹੈ। ਇਹਨਾਂ ਗੱਲਾਂ ਤੋਂ ਬਾਅਦ ਹੁਣ ਅੱਗੇ ਚੱਲਦੇ ਹਾਂ ਬੇਟਾ। ਸੋ ਤੁਸੀਂ ਜਿਹੜਾ ਉਹ ਦੇਖ ਰਹੇ ਹੋ ਸਲਾਈਡ 'ਚ, ਮੈਂ ਤੁਹਾਨੂੰ ਹੁਣ ਐਮ ਮੀਟਰ ਅਤੇ ਵੋਲਟ ਮੀਟਰ ਬਾਰੇ ਗੱਲ ਕਰਨਾ ਚਾਹੁੰਦਾ ਕਿ ਐਮ ਮੀਟਰ ਕਿਸ ਕੰਮ ਆਏਗਾ ਅਤੇ ਵੋਲਟ ਮੀਟਰ ਕਿਸ ਕੰਮ ਆਏਗਾ। ਸੋ ਮੇਰੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਦੋ ਐਮ ਮੀਟਰ ਨੇ, ਰਾਈਟ। ਇਹ ਜਿਹੜੇ ਦੋਨੋਂ ਐਮ ਮੀਟਰ ਨੇ, ਇੱਕ ਆ ਵਾਲਾ ਅਤੇ ਇੱਕ ਆ ਵਾਲਾ, ਇਹ ਦੋਨੋਂ ਅਲੱਗ ਅਲੱਗ ਨੇ। ਸੋ ਆਓ ਤੁਹਾਨੂੰ ਮੈਂ ਇਹ ਸਲਾਈਡ 'ਚ ਸਮਝਾਵਾਂ ਕਿ ਕਿੱਦਾਂ ਅਲੱਗ ਅਲੱਗ ਨੇ, ਇਹ ਦੋਨਾਂ ਦਾ ਪਰਪਸ ਅਲੱਗ ਅਲੱਗ ਹੈ। ਸੋ ਨੋਟ ਕਰੋ ਬੇਟੇ ਸਲਾਈਡ ਦੇ ਵਿੱਚ ਕਿ ਜਿਹੜਾ ਤੁਹਾਨੂੰ ਇਹ ਜਿਹੜਾ ਲੈਫਟ ਸਾਈਡ 'ਤੇ ਦੇਖ ਰਿਹਾ ਹੈ ਇਹ ਕੀ ਕਰਦਾ, ਇਹਦੇ ਅੱਗੇ ਆ ਛੋਟੀ ਐਮ ਪਾਈ ਹੋਈ, ਹੈ ਨਾ। ਛੋਟੀ ਐਮ ਦਾ ਮਤਲਬ ਹੈ ਇਹ ਮਿਲੀ ਐਮਪੀਅਰ 'ਚ ਕਰੰਟ ਮਾਪੇਗਾ। ਮਿਲੀ ਐਮਪੀਅਰ ਦਾ ਮਤਲਬ ਹੁੰਦਾ ਹੈ ਇੱਕ ਐਮਪੀਅਰ ਦਾ ਹਜ਼ਾਰਵਾਂ ਹਿੱਸਾ, ਭਾਵ ਕਿ ਵੀ ਜਦੋਂ ਕਰੰਟ ਬਹੁਤ ਥੋੜ੍ਹਾ ਚੱਲਦਾ ਹੋਵੇ ਫਿਰ ਆਪਾਂ ਇਸ ਐਮ ਮੀਟਰ ਨਾਲ ਮਾਪਾਂਗੇ।
एंड ए वाला जो सिंपल ए है इन्हें मतलब सिंपली ए दे विच ही मापेगा, मतलब एम्पीयर दे विच ही मापेगा। हुण अगली गल तुसीं इह देख सकते हो कि जीरो तो लैके अगली रीडिंग इहदे विच किन्नी आई 100, 100 तो बाद किन्नी आई 200, इहनूं पढ़ांगे 100 मिली एम्पीयर, इहनूं पढ़ांगे 200 मिली एम्पीयर। इह दस सकते हो कि आ इहदे विचकार लाइनां ने, जे मेरी सूई इत्थे आ जाएगी फिर किन्ना करंट चलेगा, जे इत्थों लैके बेटा इत्थों तिकर 100 मिली एम्पीयर चलता है तो जे एक अगे जाए आह फिर किन्ना करंट चलेगा। थोनू यह दस दिना इतों लैके इतों तक एवें तो टोटल 10 डिवीजन ने, 10 हिस्से ने। वो मैनू लगता है कि बिना मैथ तो आप गैस कर सकते हैं कि इनका मतलब 10 मिली एम्पीयर करंट चलेगा, जे होर एक अगे चलेगी तो 20 मिली एम्पीयर है ना। सो इना मतलब जी इन छोटी लाइन है वो किन्ने मिली एम्पीयर मापती है, घट तो घट 10 मिली एम्पीयर। सो इस एम मीटर की जी लीस्ट काउंट है जोड़ा लपतम अंक है वह किन्ना है 10 मिली एम्पीयर। हूँ अगे आ जाओ, ये वाले एम मीटर के जीरो तो लैके एक तक फिर बेटा 10 हिस्से ने, ठीक है। हुण जेकर आप गल करिए कि आ एक छोटी लाइन ये की माप रही है, तो हुण आप जीरो तो लैके एक दे 10 बराबर हिस्से करांगे, तो जिहड़ा एक दा दसवां हिस्सा हुंदा ना बेटा उहनूं असीं बोलदे आ पॉइंट एक, 0.1। सो इहदा जिहड़ा लीस्ट काउंट है वह किन्ना है 0.1 एम्पीयर। मन लो मैं तुहानूं गल पुछदा कि जेकर तुहाडी नीडल एक तो इत्थे आ जाए इस जगह ते फिर किन्ना करंट होएगा, तो जिहड़ा करंट है वह किन्ना होगा, एक पूरा हो गया, पॉइंट वन होर हो गए, यानी कि 1.2 एम्पीयर। ओके, इस तरह अगला जिहड़ा वो वोल्ट मीटर है। हुण तुसीं वोल्ट मीटर बारे अपने आप दसो कि इहदे विच 1, 2, 3, 4, 5 एक ही हो गया पूरे वोल्ट, मने आ 1 वोल्ट, आ 2 वोल्ट, आ 3 वोल्ट, इदा ही। तो इहदा जिहड़ा अलपतम अंक है यानी कि जिहड़ा लीस्ट काउंट है वह किन्ना होगा, इत्थों लैके इत्थों तक ना, यानी कि एक दे टोटल किन्ने हिस्से करोगे 10, तो इहदा लीस्ट काउंट किन्ना हो गया 0.1 वोल्ट। इहनूं आपां वोल्टेज मापा करांगे, ठीक है। सो आई होप कि तुहानूं इह मीटर जिहड़े ने पढ़ने आ गए होणगे, है ना। अगे चलदे आ बेटा, हुण इस तों बाद कई बार की हुंदा है कि कई जिवें हुण मेरे कोल इह एम मीटर है, तो इस एम मीटर दे विच की हुंदा है कि कई बार रीडिंग जिहड़ी है उह जीरो तों शुरू ही नहीं हुंदी, फिर आप जे उन्हूं यूज करांगे तो साढ़े आंसर जिहड़े उह ठीक नहीं आउणगे, क्योंकि जिहड़े स्केल जदों कोई करंट नहीं दिता जे उहदे विच जीरो रीडिंग ही नहीं आ रही फिर प्रॉब्लम आएगी आपां नूं, है ना। इहनूं किद्दां ठीक किया जाए, तुसीं सारे अपने आप ठीक कर सकते हो इहनूं। तो किवें करना है, मेरे कोल आह की एक पेचकस है ना, एक स्क्रू ड्राइवर है, तो आपां की करना है इहदे ना बिल्कुल नीचे एक नट लगा हुंदा, इस नट दे नाल आपां जिहड़ा है इस जिहड़ी सूई है इहनूं इनकी करैक्शन कर सकते होंगे, इनू आप जीरो पर लैके आ सकते होंगे। तुम वीडियो देखो, थोनू दिखा रहे हैं कैमरा नेड़े करके, सो तुम देख सकते हो कि जी जीरो तो सुई इस टाइम उधर है, एंड आप इनू करैक्ट करना है। तो तुम ध्यान देखना, यह जिमें मैं स्क्रू ड्राइवर घुमा रहा यह सुई जी उधर जा रही है, राइट। इस तरह असी पहले नंबर पर जीरो एरर नू करैक्ट करना है। ओके, आई होप कि तुम्हें यह गल समझ आ गई होएगी, जीरो तो ही रीडिंग लैनी शुरू करोगे ना। फिर अगे देखो, इस तरह असी जिहड़ा वोल्ट मीटर है हुण इहदे च रीडिंग जिहड़ी है उल्टा अगे नू है, पहला कोई गल नहीं आपां स्क्रू ड्राइवर नू उल्टा घुमा देना है, तुसीं इहनू देखो कि किद्दां करैक्ट किया जा रहा है। उस तरह आप स्क्रू ड्राइवर लिया, उन्हें नाल उन्हूं बैक घुमाया, तो उन्हें जिहड़ी रीडिंग है आप कित्थे ले आउणी है, उन्हूं वर्तन तो पहला जीरो ते लैके आउणा है, ठीक है। देखो तुहाडे सामने है वह करैक्ट हो गया, हुण इह वर्तन योग हो गया। ओके, क्लीयर सारिआं नूं। सो इस तरह जदों भी तुसीं मीटर यूज करने ने पहला उन्हां नूं करैक्ट कर लेना। ओके बेटा, अगली गल आउंदी है, तुसीं देखो मेरे को बहुत सारे वोल्ट मीटर एम मीटर पे ने, हर एक दे विच ना दो टर्मिनल बनाए हुए ने, एक रैड कलर का एक ब्लैक कलर का, फिर एक रैड ब्लैक। इदां क्यों टर्मिनल होंदे ने? उदा मैं थोनू एक गल दसदा कि जदों भी किसी एम मीटर नू जां वोल्ट मीटर नू जोड़ना है तो बैटरी के धन टर्मिनल पॉजिटिव टर्मिनल वाले पास नू रैड जोड़ीदा है। क्यों जोड़ीदा है उहदा कारण तुसीं सुनो बेटा, एक्चुअली जिहड़ी इहदे अंदर सुई घूमदी आ ये कुछ भी नहीं, एक मोटर है, ठीक है।
ਜਿਹੜੀ ਇਹ ਮੋਟਰ ਹੈ ਇਹ ਮੋਟਰ ਨੂੰ ਜਦੋਂ ਕਰੰਟ ਮਿਲਦਾ ਤਾਂ ਇਹ ਘੁੰਮਦੀ ਹੈ ਫਿਰ ਇਹਦੇ ਅੰਦਰ ਨਾ ਇੱਕ ਸਪਰਿੰਗ ਲੱਗਾ ਹੋਇਆ ਜਿਹੜਾ ਕਿ ਇਹਨੂੰ ਘੁੰਮਣ ਤੋਂ ਰੋਕਦਾ ਵੀ ਹੈ ਹੁਣ ਜੇ ਆਪਾਂ ਕਰੰਟ ਨੂੰ ਇੱਧਰ ਤੋਂ ਇੱਧਰ ਭੇਜਾਂਗੇ ਤਾਂ ਫਿਰ ਕੀ ਹੋਏਗਾ ਫਿਰ ਜਿਹੜੀ ਨੀਡਲ ਇੱਧਰ ਨੂੰ ਆਏਗੀ ਲੇਕਿਨ ਜੇਕਰ ਮੈਂ ਕਰੰਟ ਦੀ ਦਿਸ਼ਾ ਉਲਟੀ ਕਰਦਾ ਮੈਨੇ ਜੇ ਇੱਧਰ ਪੋਜ਼ਿਟਿਵ ਦਿੱਤਾ ਤਾਂ ਫਿਰ ਨੀਡਲ ਐਂ ਘੁੰਮੇਗੀ ਲੇਕਿਨ ਜੇ ਮੈਂ ਇੱਧਰਲੇ ਪਾਸੇ ਪੋਜ਼ਿਟਿਵ ਲਾਤਾ ਤਾਂ ਨੀਡਲ ਉੱਧਰ ਘੁੰਮੇਗੀ ਹੁਣ ਪਰ ਬੇਟਾ ਉੱਧਰ ਤੋਂ ਘੁੰਮਣ ਨੂੰ ਕੋਈ ਜਗ੍ਹਾ ਹੀ ਨਹੀਂ ਹੈਗੀ ਠੀਕ ਹੈ ਇਹਨੂੰ ਆਪਾਂ ਇੱਦਾਂ ਕਰਕੇ ਦੇਖਦੇ ਹਾਂ ਮੇਰੇ ਕੋਲ ਇਹ ਇੱਕ ਮੋਟਰ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਜਣੇ ਮੈਂ ਕੀ ਕੀਤਾ ਇਸ ਮੋਟਰ ਦੇ ਇਸ ਸਾਈਡ 'ਤੇ ਇੱਕ ਪੱਖਾ ਲਾਤਾ ਪੱਖੇ ਦੇ ਜਿਹੜਾ ਆਹ ਵਾਲੇ ਐਂਡੇ ਨੇ ਤਾਂ ਇੱਕ ਪੇਪਰ ਚਿਪਕਾਤਾ ਸੋ ਦੈਟ ਕਿ ਤੁਹਾਨੂੰ ਘੁੰਮਣ ਦੀ ਡਾਇਰੈਕਸ਼ਨ ਦਾ ਇਹਦੇ ਪਤਾ ਲੱਗ ਜਾਵੇ ਤਾਂ ਆਪਣੇ ਕੋਲ ਆਹ ਮੈਂ ਅੱਜ ਸਾਰੇ ਐਕਸਪੈਰੀਮੈਂਟ ਜਿਹੜੇ ਕਰਨੇ ਨੇ ਉਹ ਇਹਦੇ ਨਾਲ ਕਰਨੇ ਇਹਨੂੰ ਬੈਟਰੀ ਇਲੀਮੀਨੇਟਰ ਕਹਿੰਦੇ ਨੇ ਇਹਦੇ ਤੋਂ ਆਪਾਂ ਇਹਨੂੰ ਵੋਲਟੇਜ ਦੇਵਾਂਗੇ ਬੇਟਾ ਤਾਂ ਮੈਂ ਕੀ ਕਰਦਾ ਕਿ ਇੱਕ ਜਿਹੜਾ ਉਹ ਟਰਮੀਨਲ ਇੱਧਰ ਜੋੜਦਾ ਯਾਦ ਰੱਖਣਾ ਕਿ ਰੈੱਡ ਇੱਧਰ ਜੋੜਿਆ ਮੈਂ ਠੀਕ ਹੈ ਅਤੇ ਜਿਹੜਾ ਬਲੈਕ ਟਰਮੀਨਲ ਹੈ ਉਹਨੂੰ ਆਪਾਂ ਦੂਜੀ ਸਾਈਡ 'ਤੇ ਜੋੜ ਦਿੰਦੇ ਹਾਂ ਠੀਕ ਹੈ ਜੋੜਤਾ ਹੁਣ ਮੈਂ ਇਹਨੂੰ ਔਨ ਕਰ ਰਿਹਾ ਤਾਂ ਤੁਸੀਂ ਨੋਟ ਕਰਨਾ ਕਿ ਘੁੰਮਦਾ ਕਿਹੜੇ ਪਾਸੇ ਨੂੰ ਹੈ ਇੱਦਾਂ ਕਰਦੇ ਹਾਂ ਮੈਂ ਇਹਨੂੰ ਘੁੰਮਾਉਣਾ ਅਤੇ ਥੋੜ੍ਹਾ ਰੋਕਦਾ ਤੁਸੀਂ ਦੇਖਣਾ ਕਿ ਕਿਵੇਂ ਘੁੰਮ ਰਿਹਾ ਇਹ ਮਤਲਬ ਤੁਸੀਂ ਇਹਨੂੰ ਆਂਸਰ ਇੱਦਾਂ ਦਿਓ ਕਿ ਕਲੋਕ ਵਾਂਗ ਘੁੰਮ ਰਿਹਾ ਕਿ ਕਲੋਕ ਤੋਂ ਉਲਟਾ ਘੁੰਮ ਰਿਹਾ ਠੀਕ ਹੈ ਸੋ ਦੇਖਣਾ ਮੈਂ ਇਹਨੂੰ ਥੋੜ੍ਹਾ ਥੋੜ੍ਹਾ ਸਲੋ ਕਰਦਾ ਕਿਵੇਂ ਘੁੰਮ ਰਿਹਾ ਹੈ ਇਹ ਕਲੋਕ ਤੋਂ ਉਲਟਾ ਘੁੰਮ ਰਿਹਾ ਹੈ ਨਾ ਹੁਣ ਮੈਂ ਪੋਜ਼ਿਟਿਵ ਇੱਧਰ ਲਾਇਆ ਹੋਇਆ ਸੀ ਹੈ ਨਾ ਜੇ ਮੈਂ ਪੋਜ਼ਿਟਿਵ ਉਲਟਾ ਕਰਦਾ ਇਹਨੂੰ ਹਟਾਉਂਦੇ ਹਾਂ ਇਹਨੂੰ ਇੱਧਰ ਲਗਾ ਦਿੰਦੇ ਬੇਟਾ ਅਤੇ ਇਹਨੂੰ ਜਿਹੜਾ ਦੂਜਾ ਟਰਮੀਨਲ ਸੀ ਇਹਨੂੰ ਇੱਧਰ ਲਗਾ ਰਹੇ ਹਾਂ ਪਹਿਲਾਂ ਕਿਵੇਂ ਘੁੰਮਿਆ ਸੀ ਇਹ ਕਲੋਕ ਤੋਂ ਉਲਟਾ ਨਾ ਉਹਨੂੰ ਅਸੀਂ ਐਂਟੀ ਕਲੋਕ ਵਾਈਜ਼ ਕਹਿੰਦੇ ਹਾਂ ਹੁਣ ਮੈਂ ਕੀ ਕਰਦਾ ਕਿ ਉਲਟੇ ਪਾਸੇ ਘੁੰਮਾ ਰਿਹਾ ਦੇਖੋ ਤੁਸੀਂ ਧਿਆਨ ਨਾਲ ਨੋਟ ਕਰੋ ਕਿਵੇਂ ਘੁੰਮਣ ਲੱਗ ਪਿਆ ਕਿਵੇਂ ਘੁੰਮਣ ਲੱਗ ਪਿਆ ਕਲੋਕ ਵਾਈਜ਼ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੋਟਰ ਹੁੰਦੀ ਹੈ ਮੋਟਰ ਦੇ ਵਿੱਚ ਜੇ ਆਪਾਂ ਕਰੰਟ ਦੀ ਡਾਇਰੈਕਸ਼ਨ ਨੂੰ ਬਦਲ ਦਈਏ ਤਾਂ ਉਹਦੀ ਘੁੰਮਣ ਦੀ ਦਿਸ਼ਾ ਬਦਲ ਜਾਂਦੀ ਹੈ ਹੁਣ ਬੇਟਾ ਜਿਹੜੇ ਇਹ ਮੇਰੇ ਕੋਲ ਮੀਟਰ ਨੇ ਇਹਨਾਂ ਵਿੱਚ ਨੀਡਲ ਇੱਧਰ ਤਾਂ ਜਾ ਹੀ ਨਹੀਂ ਸਕਦੀ ਜੀਰੋ ਤੋਂ ਆਪਾਂ ਰੀਡਿੰਗ ਇੱਧਰ ਲੈਣੀ ਹੈ ਇਹਨਾਂ ਮਤਲਬ ਸਾਨੂੰ ਬੈਟਰੀ ਦਾ ਪੋਜ਼ਿਟਿਵ ਇੱਧਰ ਲਾਉਣਾ ਪੈਣਾ ਨੈਗੇਟਿਵ ਜਿਹੜਾ ਉਹ ਇੱਧਰ ਲਾਉਣਾ ਪੈਣਾ ਯਾਨੀ ਕਿ ਇਹ ਤਾਂ ਟਰਮੀਨਲ ਬੋਲਾਂ ਕਰਾਂਗੇ ਇਹ ਰਿੰਨ ਇਹਦਾ ਲੌਜਿਕ ਇਹੀ ਹੈ ਕਿ ਜੇ ਉਲਟਾ ਲਾਵਾਂਗੇ ਤਾਂ ਤੁਹਾਡੀ ਨੀਡਲ ਜਿਹੜੀ ਉਹ ਬ੍ਰੇਕ ਹੋ ਸਕਦੀ ਕਿਉਂਕਿ ਦੂਜੇ ਪਾਸੇ ਘੁੰਮ ਹੀ ਨਹੀਂ ਸਕਦੀ ਠੀਕ ਹੈ ਸੋ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਬੇਟਾ ਕਰੰਟ ਦਾ ਅਧਿਐਨ ਕਰਨਾ ਅਤੇ ਜਿਹੜਾ ਐਮੀਟਰ ਉਹਨੂੰ ਲਗਾਉਣਾ ਸਿੱਖਣਾ ਵੀ ਉਹਨੂੰ ਕਿਵੇਂ ਲਗਾਈਦਾ ਸੋ ਮੈਂ ਫਿਰ ਦੁਬਾਰਾ ਇਹ ਕਹਾਂਗਾ ਕਿ ਤੁਹਾਨੂੰ ਕਰੰਟ ਦੀ ਪਰਿਭਾਸ਼ਾ ਯਾਦ ਹੈ ਸਾਰਿਆਂ ਨੂੰ ਕਰੰਟ ਕੀ ਹੁੰਦਾ ਕਿ ਇੱਕ ਤਰੀਕੇ ਦਾ ਆਪਾਂ ਨਾਕਾ ਲਾਉਂਦੇ ਹਾਂ ਪੁੱਤਰ ਨਾਕਾ ਲਾ ਕੇ ਉੱਥੇ ਆਪਾਂ ਦੇਖਦੇ ਹਾਂ ਕਿ ਜਿਹੜੇ ਇਲੈਕਟ੍ਰੋਨ ਨੇ ਯਾਨੀ ਕਿ ਜਿਹੜਾ ਚਾਰਜ ਹੈ ਹੁਣ ਨਾ ਮੈਂ ਇਹੀ ਮੰਨਾ ਕਰਾਂਗਾ ਕਿ ਬੈਟਰੀ ਵਿੱਚ ਇੱਧਰ ਨੂੰ ਚਾਰਜ ਜਾ ਰਿਹਾ ਠੀਕ ਹੈ ਤਾਂ ਜੇਕਰ ਆਪਾਂ ਇੱਥੇ ਨਾਕਾ ਲਾਵਾਂਗੇ ਤਾਂ ਨਾਕਾ ਲਾ ਕੇ ਇਹ ਦੇਖਣਾ ਕਿ ਇੱਥੋਂ ਚਾਰਜ ਕਿੰਨਾ ਲੰਘ ਰਿਹਾ ਪਰ ਸੈਕਿੰਡ ਠੀਕ ਹੈ ਹੁਣ ਨਾਕਾ ਲਾਉਣ ਵਾਸਤੇ ਆਪਾਂ ਨੂੰ ਇੱਕ ਪੁਆਇੰਟ ਚਾਹੀਦਾ ਯਾਨੀ ਕਿ ਹੈ ਨਾ ਓਕੇ ਤਾਂ ਆਪਾਂ ਕੀ ਕਰਦੇ ਹਾਂ ਤੁਸੀਂ ਨੋਟ ਕਰੋ ਸੋ ਸਭ ਤੋਂ ਪਹਿਲਾਂ ਕਰੰਟ ਪਤਾ ਕਰਨ ਲਈ ਆਪਾਂ ਨੂੰ ਇੱਕ ਕ੍ਰੋਸ ਸੈਕਸ਼ਨ ਸਿਲੈਕਟ ਕਰਨਾ ਪੈਣਾ ਇੱਕ ਪਰੀ ਖੇਤਰ ਯਾਨੀ ਕਿ ਇੱਕ ਪੁਆਇੰਟ ਲੈਣਾ ਪਏਗਾ ਠੀਕ ਹੈ ਹੁਣ ਜਿਹੜਾ ਆਪਾਂ ਪਰੀ ਖੇਤਰ ਸਿਲੈਕਟ ਕਰ ਲਿਆ ਕਿਤੇ ਵੀ ਲੈ ਸਕਦੇ ਹੋ ਤੁਸੀਂ ਕਿਹੜੀ ਵੀ ਜਗ੍ਹਾ 'ਤੇ ਲਓ ਆਪਾਂ ਸਿਰਫ ਇਹ ਦੇਖਣਾ ਕਿ ਉੱਥੋਂ ਕਿੰਨਾ ਚਾਰਜ ਪਰ ਸੈਕਿੰਡ ਲੰਘ ਰਿਹਾ ਹੈ ਧਿਆਨ 'ਚ ਰੱਖਿਓ ਕਿ ਇਹਦੇ 'ਚ ਹੋਰ ਕੋਈ ਰੋਡ ਨਹੀਂ ਹੈਗੀ ਮੇਰੇ ਕਹਿਣ ਦਾ ਭਾਵ ਹੈ ਕੋਈ ਹੋਰ ਤਾਰ ਨਹੀਂ ਨਿਕਲ ਰਹੀ ਜਿਹੜਾ ਚਾਰਜ ਇੱਥੋਂ ਚੱਲ ਪਿਆ ਉਹਨੂੰ ਇੱਥੇ ਪਹੁੰਚਣਾ ਪੈਣਾ ਠੀਕ ਹੈ ਸੋ ਅਸੀਂ ਕੀ ਕਰਦੇ ਹਾਂ ਪਹਿਲਾਂ ਇੱਥੇ ਇਹਨੂੰ ਤਾਰ ਨੂੰ ਕੱਟ ਲੈਂਦੇ ਹਾਂ ਤਾਰ ਨੂੰ ਕੱਟ ਕੇ ਇੱਥੇ ਆਪਾਂ ਲਿਆ ਕੇ ਇੱਕ ਐਮੀਟਰ ਜਿਹੜਾ ਉਹ ਲਗਾਤਾ ਐਮੀਟਰ ਨੂੰ ਉੱਥੋਂ ਕੱਟ ਕੇ ਉੱਥੇ ਨਾਕਾ ਲਾਤਾ ਆਪਾਂ ਤੁਸੀਂ ਐਂ ਕਹਿ ਦਿਓ ਕਿ ਇੱਕ ਤਰੀਕੇ ਦੀ ਇਹ ਸਾਡੀ ਪੁਲਿਸ ਹੈ ਜਿਹੜੀ ਕਿ ਇਸ ਸਰਕਟ ਦੇ ਵਿੱਚ ਆਪਾਂ ਨੂੰ ਕਰੰਟ ਮਾਪ ਕੇ ਦੱਸੇਗੀ ਕਿੰਨਾ ਫਿਰ ਆਪਾਂ ਕੀ ਕਰਦੇ ਹਾਂ ਇੱਕ ਨਾਕਾ ਹੋਰ ਲਾਉਂਦੇ ਹਾਂ ਰਾਈਟ ਐਂ ਕਰਦੇ ਹਾਂ ਜਿਹੜੇ ਇਲੈਕਟ੍ਰੋਨ ਨੇ ਬੜੇ ਸ਼ਰਾਰਤੀ ਨੇ ਇੱਕ ਨਾਕਾ ਹੋਰ ਲਾਉਂਦੇ ਹਾਂ ਵੀ ਵਾਕਈ ਹੀ ਇਹ ਕਿੰਨਾ ਕਰੰਟ ਸਰਕਟ 'ਚ ਚੱਲ ਰਿਹਾ ਠੀਕ ਹੈ ਧਿਆਨ ਰੱਖਿਓ ਮੈਂ ਪੋਜ਼ਿਟਿਵ ਨੈਗੇਟਿਵ ਕਿਉਂ ਲਾ ਰਿਹਾ ਹੁਣ ਤੁਹਾਨੂੰ ਲੌਜਿਕ ਪਤਾ ਜੇ ਮੈਂ ਉਲਟਾ ਲਾਉਂਦਾ ਤਾਂ ਉਹਨੇ ਘੁੰਮਣਾ ਨਹੀਂ ਸੀ ਇਸੇ ਤਰ੍ਹਾਂ ਆਪਾਂ ਜਿੰਨੇ ਮਰਜ਼ੀ ਐਮੀਟਰ ਲਗਾ ਲਈਏ ਬਟ ਹੁਣ ਪੁੱਤਰ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਜਦੋਂ ਜਿਹੜਾ ਟ੍ਰੈਫਿਕ ਇੱਥੋਂ ਚੱਲ ਪਿਆ ਪਰ ਸੈਕਿੰਡ ਜਿੰਨਾ ਉਹ ਚੱਲ ਰਿਹਾ
बैटरी का काम है लगातार इको जिन्ना एक इस पूरी लूप दे विच फ्लो बना के रखना। ठीक है, इन्हां मतलब यह है कि चाहे नाका मैं इत्थे लावां, चाहे मैं नाका इत्थे लावां, चाहे नाका इत्थे लावां, इन्हूं बोलते लड़ी च जोड़ना। लड़ी विच जदों आपां जोड़दे आं किसी भी एक पॉइंट ते नाका लाया, जिन्ना करंट इस एमीटर ते आउणा उन्ना ही इहदे ते आउणा, उन्ना ही इहदे ते आउणा, एंड इदां ही इहदे ते आउणा। आपां इहनूं क्रिया नाल करके देखदे आं। सो तुसीं प्रेजेंट रहना, ठीक है, आओ करिए। तो पहला तुसी जड़ा है वो देख रहे हो कि तुहानू एक बोर्ड नज़र आ रहा है ना, इत्थे मेरे को रखिया होया वाला। इस बोर्ड दे विच मैं की कीता कि तार लगाई हुई है, ऑफकोर्स तुहानू तार भी दिखदी होएगी सारयां नू, इह लगाई हुई है। तो आपां इहदे विच करंट भेजण लई की करांगे कि इधरले पासे आ पॉजिटिव नाल जोड़ता बैटरी दे नाल, ते दूजी साइड जिहड़ी उह बैटरी दा कहिड़ा टर्मीनल लाता आपां, नैगेटिव टर्मीनल लाता। ठीक है, हुण इस तों बाद असीं की करना है कि एक जिहड़ा उह एमीटर लिया, उस एमीटर दे नाल असीं करंट जिहड़ा उहनूं मापणा किन्ना। ओके, हुण करंट किवें मापांगे बेटा? मैं तुहानूं जिवें पहले ही दस्सिया कि आपां नूं एक परी खेतर यानी कि एक पॉइंट चाहिए जिथे आपां नाका लाउणा है। आह मान लो पॉइंट है मेरा ए पॉइंट, तो जिथे नाका लाना है उत्थे आपां एमीटर किवें लावांगे? मैं की करदा कि इस सर्किट नूं इत्थों इत्थों ब्रेक करदा। इस तों बाद आपां की करना सी, याद है ना, आपां इधर बैटरी का पॉजिटिव टर्मीनल लाया ताकि जिहड़ी मोटर है अंदर लगी हुई उहदी रोटेशन ठीक रहे। आ जिहड़ा दूजा एंड इहनूं आपां नैगेटिव नाल लाता। ठीक है, हुण नैगेटिव नाल लाउण तों बाद मैं बैटरी जिहड़ी उहनूं ऑन कर रहा। सो तुसीं नोट करना कि सर्किट विच जिहड़ा उह करंट चलन लग पिया, मैं तुहानूं रीडिंग नोट करा रहा बेटा। तो अप्रोक्सीमेटली जिहड़ा है उह 90 जां 100 मिली एम्पीयर का करंट जिहड़ा उह चल रहा। ठीक है, तुहानूं याद ने मिली एम्पीयर च मापदा है, तो 100 तों थोड़ा जिहा घट है, 90 जां 100 मिली एम्पीयर करंट जिहड़ा इहदे च चल रहा है। हुण आपां की करदे हां, इस तों बाद मैं इह वाला नाका जिहड़ा इत्थों आपदी जिहड़ी इह पुलिस है, मेरा जिहड़ा एमीटर है, इहनूं हटा लैना। इत्थे आपां इस सर्किट नूं इदां ही जोड़ दिंदे हां। आपां की करदे हां कि नाका जिहड़ा आपदा चेंज कर लैंदे हां। हुण मेरे कोल जिहड़ा पॉइंट है उह आह वाला है बी पॉइंट, इत्थे की करदे हां फिर आपां इक नाका ला के देखदे हां। एंड मैं तुहानूं दस्सिया कि जिथे मर्जी एमीटर ला लो तुसीं, तुहानूं रीडिंग हर वक्त सेम मिलनी है, लड़ी विच जिथे मर्जी ला लो, बट लाउण दा ढंग तुहानूं आउणा चाहिए कि तुसीं पॉजिटिव किधर लाउणा है ते नैगेटिव किधर लाउणा है, हुण तुहानूं समझ आ गया होणा। सो आपां की कीता, इधरों इहनूं तोड़िया, इहनूं पॉजिटिव नाल इधर अटैच किया है ना, क्योंकि बैटरी दे पॉजिटिव तो करंट आ रहा है करके, तो नैगेटिव वाले पासे नूं इधरों जाना है। अपना नाका लग गया, हुण आपां नूं पता लग जाएगा भी इत्थे जिहड़ा चार्जों की आवाजाई किवें चलती पई है। राइट, सो ऑन करते हैं बेटा बैटरी। सो तुसी नोट कर सकते हो कि जिहड़ा रीडिंग है वह फिर उन्नी हुई है ना। इस तरह मैनू लगता है कि तुसी जिद्दां ए पॉइंट समझ गए, बी पॉइंट से समझ गए, इदां ही बेटा जो मैं सी पॉइंट से लगावांगा रीडिंग फिर सेम होनी है। इन्हा मतलब किसी सर्किट के एम मीटर जिहड़ा उहनूं जिथे मर्जी ला दिओ, एक पूरी लूप के जिहड़ा करंट आ वाला वह सेम चलता पाया है ना, जेकर कोई होर सड़क ना निकलती होवे। ये याद रखना, जे तो आप सड़क होर ला रहे कुछ कारा उधर चलिया जानिया सी अपनिया इलैक्ट्रॉन्स ने, है ना। सो आपां ये ध्यान च रखना कि इस इहदे विच जिहड़ा करंट है वह सेम चलता है, एम मीटर जिथे मर्जी लाओ, इस सर्किट आपां करंट इदां माप सकते हैं। ओके, सो तुसी स्लाइड विच एक बार दोबारा नोट कर लो। कि आपां एक परी खेतर यानी कि एक क्रॉस सैक्शन सिलैक्ट करांगे, उस जिहड़ा जिहड़ा आपां क्रॉस सैक्शन यानी कि जिहड़ा नाका होया करेगा उत्थों तार नूं कट के उत्थे आपां विच एमीटर ला देना करना, तो आपां नूं जिहड़ी करंट की वैल्यू जिहड़ी उह सर्किट चों मिल जाए करेगी। ठीक है, इस तों बाद अगला तुसीं देख रहे हो पोटेंशियल डिफरेंस का अध्ययन, कि पोटेंशियल डिफरेंस नूं किदां पढ़िया जाए। सो उहदे लई आपां की करदे हां, मैं इनू ऑन कर रहा, तुसी एक गल याद करो, मैं तुहानू पोटेंशियल अंतर शुरू च एक गल समझाई सी कि जिहड़ा पोटेंशियल अंतर हुंदा है
ਜਿਹੜਾ ਪੋਟੈਂਸ਼ੀਅਲ ਅੰਤਰ ਹੁੰਦਾ ਹੈ ਉਹ ਕੀ ਹੈ ਕਿ ਦੋ ਪੁਆਇੰਟਾਂ ਦੇ ਵਿੱਚ ਕੱਢਿਆ ਜਾਂਦਾ ਹੈ। ਸੋ ਜਦੋਂ ਮੈਂ ਹੁਣ ਜਦੋਂ ਇਹਨੂੰ ਔਨ ਕਰਦਾ ਤੁਸੀਂ ਨੋਟ ਕਰਨਾ, ਸੋ ਆਪਾਂ ਕੋਈ ਵੀ ਦੋ ਪੁਆਇੰਟ ਲਏ ਬੇਟਾ, ਇਹਨਾਂ ਦੋਨਾਂ ਪੁਆਇੰਟਾਂ ਦੇ ਵਿੱਚ ਆਪਾਂ ਕੀ ਕਰਨਾ ਹੈ, ਵੋਲਟਮੀਟਰ ਲਾ ਦੇਣਾ। ਮੈਂ ਤੁਹਾਨੂੰ ਇੱਥੋਂ ਹੀ ਇੰਨੀ ਗੱਲ ਸਮਝਾ ਦਾਂ, ਐਕਚੁਅਲੀ ਬੈਟਰੀ ਨੂੰ ਚਾਰਜ ਨੂੰ ਇੱਥੋਂ ਇੱਥੇ ਭੇਜਣ ਲੱਗਿਆਂ ਕਾਰਜ ਕਰਨਾ ਪੈਣਾ, ਹੈ ਨਾ। ਜਿੰਨਾ ਕਾਰਜ ਉਹ ਕਰੇਗੀ ਉਹ ਆਪਾਂ ਇਹਦੇ ਤੋਂ ਮਾਪ ਲੈਣਾ ਕਿ ਕਿੰਨਾ ਕਾਰਜ ਕਿੰਨੇ ਚਾਰਜ 'ਤੇ ਹੋ ਰਿਹਾ, ਯਾਨੀ ਕਿ ਵਰਕ ਡਨ ਪਰ ਯੂਨਿਟ ਚਾਰਜ। ਹੁਣ ਬੇਟਾ ਜੇ ਮੇਰਾ ਪੁਆਇੰਟ ਜਿਹੜਾ ਉਹ ਦੂਰ ਹੋਵੇ, ਮੰਨ ਲਓ ਕਿ ਦੂਰ ਚਲਾ ਗਿਆ, ਇਹਨਾਂ ਮਤਲਬ ਵਿਸਥਾਪਨ ਵੱਧ ਗਿਆ, ਇਹਨਾਂ ਮਤਲਬ ਕਾਰਜ ਵੀ ਜ਼ਿਆਦਾ ਕਰਨਾ ਪਏਗਾ, ਯਾਨੀ ਕਿ ਜਿੰਨੀ ਦੂਰ ਪੁਆਇੰਟ ਹੋਏਗਾ ਉਨਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਉਹ ਵੱਧ ਜਾਏਗਾ। ਆਓ ਇਹਨੂੰ ਆਪਾਂ ਜਿਹੜਾ ਉਹ ਕਿਰਿਆ ਨਾਲ ਕਰਕੇ ਦੇਖੀਏ। ਤਾਂ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਕਿ ਮੇਰੇ ਕੋਲ ਆਹ ਇੱਕ ਜਿਹੜਾ ਫਿਰ ਅਗੇਨ ਤਾਰ ਲੱਗੀ ਹੋਈ ਹੈ, ਇੱਥੇ ਮੈਂ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਲਾਤਾ, ਇੱਧਰਲੇ ਪਾਸੇ ਜਿਹੜਾ ਬੈਟਰੀ ਦਾ ਨੈਗੇਟਿਵ ਟਰਮੀਨਲ ਲਾਤਾ। ਹੁਣ ਇਹਦੇ ਵਿੱਚ ਕਰੰਟ ਤਾਂ ਪੱਕਾ ਬੇਟਾ ਚੱਲ ਰਿਹਾ। ਸੋ ਜੇ ਮੈਂ ਇਹ ਦੇਖਣਾ ਚਾਹਾਂ ਕਿ ਪੋਟੈਂਸ਼ੀਅਲ ਅੰਤਰ ਜਿਹੜਾ ਉਹ ਕਿਵੇਂ ਬਦਲ ਰਿਹਾ, ਤਾਂ ਉਹਦੇ ਲਈ ਆਪਾਂ ਕੀ ਕਰਦੇ ਹਾਂ, ਇੱਕ ਵੋਲਟਮੀਟਰ ਲਿਆ। ਐਂਡ ਆਈ ਹੋਪ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਆਪਾਂ ਵੋਲਟਮੀਟਰ ਕਿੱਦਾਂ ਅਟੈਚ ਕਰਨਾ, ਹੈ ਨਾ। ਬੈਟਰੀ ਦੇ ਪੋਜ਼ਿਟਿਵ ਤੋਂ ਕਰੰਟ ਆ ਰਿਹਾ, ਇੱਧਰ ਹੀ ਲਾਉਣਾ ਪੈਣਾ ਆਪਾਂ ਨੂੰ ਉਹਦੀ ਰੋਟੇਸ਼ਨ ਦੇ ਕਰਕੇ, ਠੀਕ ਹੈ। ਸੋ ਜਦੋਂ ਮੈਂ ਇਹਨੂੰ ਤੁਹਾਨੂੰ ਉੱਪਰ ਵਾਲੇ ਕੈਮਰੇ ਤੋਂ ਦਿਖਾਉਣਾ, ਦੇਖ ਰਹੇ ਹੋ ਸਾਰੇ ਜਣੇ। ਸੋ ਇਸ ਕੈਮਰੇ ਤੋਂ ਦੇਖੋ ਕਿ ਜੇ ਆਪਾਂ ਇਹਨੂੰ ਇੱਥੇ ਅਟੈਚ ਕਰਦੇ ਹਾਂ, ਸੋਰੀ ਇੱਦਾਂ ਅਟੈਚ ਕਰਦੇ ਹਾਂ, ਰੀਡਿੰਗ ਦੇਖੋ ਕਿੰਨੀ ਹੈ। ਇੱਥੇ ਬੈਟਰੀ ਨੂੰ ਇੱਥੋਂ ਲੈ ਕੇ ਇੱਥੋਂ ਤੀਕਰ ਚਾਰਜ ਭੇਜਣ ਲਈ ਕਾਰਜ ਕਰਨਾ ਪੈ ਰਿਹਾ। ਜੇ ਮੈਂ ਦੂਰ ਲਾਵਾਂਗਾ, ਜਿਹੜਾ ਪੋਟੈਂਸ਼ੀਅਲ ਅੰਤਰ ਕੀ ਕਰ ਰਿਹਾ, ਵੱਧ ਰਿਹਾ, ਹੈ ਨਾ। ਸੋ ਜਿੰਨੀ ਦੂਰ ਪੁਆਇੰਟ ਹੋਏਗਾ ਉਨਾ ਵਿਸਥਾਪਨ ਜ਼ਿਆਦਾ, ਇਹਨਾਂ ਮਤਲਬ ਉਨਾ ਕਾਰਜ ਜ਼ਿਆਦਾ, ਯਾਨੀ ਕਿ ਉਨਾ ਪੋਟੈਂਸ਼ੀਅਲ ਡਿਫਰੈਂਸ ਜ਼ਿਆਦਾ। ਸੋ ਪੋਟੈਂਸ਼ੀਅਲ ਡਿਫਰੈਂਸ ਕੱਢਣ ਲਈ ਆਪਾਂ ਨੂੰ ਹਮੇਸ਼ਾ ਦੋ ਪੁਆਇੰਟ ਚਾਹੀਦੇ ਨੇ ਬੇਟਾ। ਕਰੰਟ ਕੱਢਣ ਲਈ ਆਪਾਂ ਨੂੰ ਇੱਕ ਪੁਆਇੰਟ ਚਾਹੀਦਾ ਪਰਿਖੇਤਰ, ਹੈ ਨਾ। ਜਦੋਂ ਵੀ ਦੋ ਪੁਆਇੰਟ ਲਾਂਗੇ ਉਹਨਾਂ ਦੇ ਵਿੱਚ ਆਪਣੇ ਕੋਲ ਪੋਟੈਂਸ਼ੀਅਲ ਡਿਫਰੈਂਸ ਆ ਜਾਏ ਕਰੇਗਾ, ਓਕੇ। ਜਿੰਨੀ ਦੂਰ ਪੁਆਇੰਟ ਉਨਾ ਜ਼ਿਆਦਾ ਪੋਟੈਂਸ਼ੀਅਲ ਡਿਫਰੈਂਸ। ਸੋ ਵੋਲਟਮੀਟਰ ਹਮੇਸ਼ਾ ਇਹਨੂੰ ਬੋਲੀਦਾ ਸਮਾਂਤਰ ਲਾਈਦਾ, ਇਹਨੂੰ ਬੋਲੀਦਾ ਸਮਾਂਤਰ, ਠੀਕ ਹੈ, ਕਿ ਦੋ ਪੁਆਇੰਟਾਂ ਦੇ ਵਿਚਕਾਰ ਇੱਦਾਂ ਲਾ ਦੀਦਾ, ਇਸ ਅਰੇਂਜਮੈਂਟ ਨੂੰ ਸਮਾਂਤਰ ਬੋਲੀਦਾ, ਓਕੇ। ਅੱਗੇ ਚੱਲਦੇ ਹਾਂ ਪੁੱਤਰ ਜੀ। ਬੇਟਾ ਹੁਣ ਆਪਾਂ ਕਰਨ ਜਾ ਰਹੇ ਹਾਂ ਓਮ ਦਾ ਨਿਯਮ। ਸੋ ਓਮ ਦਾ ਨਿਯਮ ਜਿਹੜਾ ਉਹ ਕੀ ਹੈ ਕਿ ਉਹਦੇ ਵਿੱਚ ਆਪਾਂ ਕਿਸੇ ਵੀ ਸਰਕਟ ਦੇ ਵਿੱਚ ਵੋਲਟੇਜ ਅਤੇ ਕਰੰਟ ਦੇ ਵਿਚਕਾਰ ਸੰਬੰਧ ਬਣਾਉਣਾ। ਆਪਾਂ ਬੈਟਰੀ ਜਿਹੜੀ ਤੁਸੀਂ ਦੇਖ ਰਹੇ ਹੋ, ਇਸ ਬੈਟਰੀ ਲਿਮੀਨੇਟਰ ਤੋਂ, ਜਿਹੜਾ ਇਹ ਬੈਟਰੀ ਲਿਮੀਨੇਟਰ ਹੈ, ਇਹਦੇ ਤੋਂ ਵੋਲਟੇਜ ਦਿਆਂਗੇ ਸਰਕਟ ਨੂੰ। ਜਦੋਂ ਸਰਕਟ ਨੂੰ ਵੋਲਟੇਜ ਦਿਆਂਗੇ ਤਾਂ ਇੱਥੋਂ ਆਪਾਂ ਵੋਲਟੇਜ ਨੂੰ ਬਦਲਾਂਗੇ, ਯਾਨੀ ਕਿ ਜ਼ਿਆਦਾ ਵੋਲਟ ਸਰਕਟ ਨੂੰ ਸਪਲਾਈ ਕਰਾਂਗੇ, ਤਾਂ ਦੇਖਾਂਗੇ ਕਿ ਸਰਕਟ ਦੇ ਕਰੰਟ ਕਿੰਨਾ ਫਰਕ ਪੈਂਦਾ, ਓਕੇ। ਮੈਂ ਜਿਹੜੀਆਂ ਆਪਾਂ ਪਹਿਲਾਂ ਵਾਲੀਆਂ ਐਕਟੀਵਿਟੀਜ਼ ਕੀਤੀਆਂ ਉਹਦੀ ਗੱਲ ਕਰਾਂ, ਤਾਂ ਜਦੋਂ ਮੈਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨੂੰ ਇੱਥੇ ਲਾ ਦਾਂ ਇੱਦਾਂ, ਅਤੇ ਜਿਹੜਾ ਨੈਗੇਟਿਵ ਟਰਮੀਨਲ ਹੈ ਉਹਨੂੰ ਆਪਾਂ ਇੱਥੇ ਲਾ ਦਈਏ, ਇੱਦਾਂ ਕਰਨ ਨਾਲ ਕੀ ਹੋਊਗਾ ਕਿ ਹੁਣ ਸਰਕਟ ਦੇ ਵਿੱਚ ਜਿਹੜਾ ਹੈ ਆਪਾਂ ਨੂੰ ਪਤਾ ਕਿ ਕਰੰਟ ਚੱਲਣਾ ਸ਼ੁਰੂ ਹੋ ਜਾਏਗਾ, ਹੈ ਨਾ। ਹੁਣ ਜੇਕਰ ਆਪਾਂ ਇਹ ਦੇਖਣਾ ਹੋਵੇ ਕਿ ਸਰਕਟ 'ਚ ਕਰੰਟ ਕਿੰਨਾ ਚੱਲਦਾ ਪਿਆ, ਉਹਦੇ ਲਈ ਕੀ ਯੂਜ਼ ਕਰਦੇ ਹਾਂ ਆਪਾਂ, ਐਮ ਮੀਟਰ, ਹੈ ਨਾ। ਹੁਣ ਐਮ ਮੀਟਰ ਕਿੱਥੇ ਲਾਵਾਂ ਦੱਸੋ ਇਸ ਸਰਕਟ ਦੇ ਵਿੱਚ, ਕਿਉਂਕਿ ਆਪਾਂ ਕਰੰਟ ਮਾਪਣਾ ਹੈ ਅਤੇ ਇੱਕ ਪੋਟੈਂਸ਼ੀਅਲ ਅੰਤਰ ਵੀ ਦੇਖਣਾ ਕਿਤੇ ਨਾ ਕਿਤੇ। ਤਾਂ ਕਰੰਟ ਮਾਪਣ ਦੇ ਲਈ ਆਪਾਂ ਨੂੰ ਐਮ ਮੀਟਰ ਲਗਾਉਣਾ ਪੈਣਾ। ਐਮ ਮੀਟਰ ਕਿੱਥੇ ਲਗਾਓਗੇ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਪੂਰੇ ਸਰਕਟ ਦੇ ਵਿੱਚ ਜਿਹੜਾ ਕਰੰਟ ਹੈ ਉਹ ਕਿਸੇ ਵੀ ਜਗ੍ਹਾ 'ਤੇ ਆਪਾਂ ਲਗਾ ਕੇ ਦੇਖ ਲਈਏ ਉਹ ਸੇਮ ਰਹਿਣਾ, ਇਹ ਆਪਾਂ ਐਕਟੀਵਿਟੀ ਕਰ ਲਈ, ਹੈ ਨਾ। ਤਾਂ ਹੁਣ ਮੈਂ ਜਿੱਥੇ ਮਰਜ਼ੀ ਐਮ ਮੀਟਰ ਲਗਾ ਸਕਦਾ, ਮੰਨ ਲਓ ਕਿ ਮੈਂ ਆਹ ਵਾਲਿਆ ਜਿਹੜਾ ਪੁਆਇੰਟ ਹੈ ਇੱਥੇ ਐਮ ਮੀਟਰ ਲਗਾਉਣਾ, ਠੀਕ ਹੈ। ਸੋ ਮੈਂ ਐਮ ਮੀਟਰ ਲਗਾਉਣ ਲੱਗਾ ਇਸ ਜਗ੍ਹਾ 'ਤੇ, ਧਿਆਨ 'ਚ ਰੱਖਣਾ, ਠੀਕ ਹੈ। ਤਾਂ ਉੱਪਰਲੇ ਕੈਮਰੇ ਤੋਂ ਇੱਕ ਵਾਰ ਤੁਸੀਂ ਇਹਦਾ ਵਿਊ ਦੇਖ ਸਕਦੇ ਹੋ ਕਿ ਆਪਾਂ ਕਿੱਦਾਂ ਲਾਉਣਾ ਇਹਨੂੰ। ਸੋ ਤੁਹਾਡੇ ਸਾਹਮਣੇ ਹੈ ਕਿ ਆਹ ਜਿਹੜਾ ਇੱਥੋਂ ਮੈਂ ਇਹਨੂੰ ਸਰਕਟ ਜਿਹੜਾ ਇਹਨੂੰ ਤੋੜਿਆ, ਤੋੜਨ ਤੋਂ ਬਾਅਦ ਜਿਹੜਾ ਬੈਟਰੀ ਦੇ ਪੋਜ਼ਿਟਿਵ ਤੋਂ ਕਰੰਟ ਆਏਗਾ ਉਹ ਐਮੀਟਰ ਦੇ ਪੋਜ਼ਿਟਿਵ 'ਚ ਗਿਆ, ਅਤੇ ਉਹਨੂੰ ਆਪਾਂ ਨੈਗੇਟਿਵ ਤੋਂ ਕੀ ਦੇ ਦੇਣਾ, ਇੱਥੋਂ ਐਗਜ਼ਿਟ ਦੇ ਦੇਣਾ। ਸੋ ਕਰੰਟ ਇੱਕ ਪਰਿਖੇਤਰ ਦੇ ਵਿੱਚੋਂ ਆਪਾਂ ਕਰੰਟ ਕੱਢ ਲਾਂਗੇ ਵੀ ਇਸ ਕਰੋਸ ਸੈਕਸ਼ਨ 'ਚੋਂ ਕਿੰਨਾ ਕਰੰਟ ਜਿਹੜਾ ਇਹਦੇ 'ਚ ਹੋ ਕੇ ਲੰਘ ਰਿਹਾ, ਠੀਕ ਹੈ। ਕਿਉਂਕਿ ਤੁਸੀਂ ਰੀਡਿੰਗ ਮੇਰੇ ਨਾਲ ਲੈਣੀ ਹੈ, ਤਾਂ ਜਿਹੜਾ ਇਹ ਮੀਟਰ ਹੈ ਇਹ ਤੁਹਾਨੂੰ ਵਿਜ਼ੀਬਲ ਬਣਾਉਣ ਵਾਸਤੇ ਮੈਂ ਇਹਨੂੰ ਉੱਪਰ ਚੱਕ ਰਿਹਾ।
ਤਾਂ ਇਸ ਵਕਤ ਕਿੰਨਾ ਕਰੰਟ ਸਰਕਟ 'ਚ ਚੱਲ ਰਿਹਾ ਹੈ? ਕਿੰਨਾ ਕਰੰਟ ਚੱਲ ਰਿਹਾ ਹੈ? 0 ampere. ਕਿਉਂ? ਕਿਉਂਕਿ ਮੈਂ ਬੈਟਰੀ ਅਜੇ ਔਨ ਹੀ ਨਹੀਂ ਕੀਤੀ ਹੋਈ. ਠੀਕ ਹੈ, ਤਾਂ ਇਹਦਾ ਮਤਲਬ ਇਹ ਕਿ ਇਸ ਪੂਰੇ ਸਰਕਟ 'ਚ ਕਿਤੇ ਮਰਜ਼ੀ ਨੋਟ ਕਰ ਲਈਏ, ਕਿਸੇ ਵੀ ਜਗ੍ਹਾ 'ਤੇ ਤੁਸੀਂ ਇਹ ਵਾਲਾ ਨਾਕਾ ਜਿਹਨੂੰ ਆਪਾਂ ਨਾਕਾ ਕਹਿੰਦੇ ਹਾਂ ਕਿ ਐਮੀਟਰ ਲਗਾ ਦਿਓ, ਤੁਹਾਨੂੰ ਹਰ ਵਾਰ ਜਿਹੜਾ ਕਰੰਟ ਹੈ ਉਹ ਕਿੰਨਾ ਮਿਲਣਾ? 0 ਮਿਲਣਾ. ਠੀਕ ਹੈ, ਹੁਣ ਅਗਲੀ ਗੱਲ, ਪੋਟੈਂਸ਼ੀਅਲ ਅੰਤਰ ਚਾਹੀਦਾ ਮੈਨੂੰ, ਕਿਉਂਕਿ ਓਮ ਨੇ ਵੋਲਟੇਜ ਅਤੇ ਕਰੰਟ ਦੇ ਵਿਚਕਾਰ ਸੰਬੰਧ ਬਣਾ ਕੇ ਦਿੱਤਾ ਸੀ. ਤਾਂ ਹੁਣ ਕਰੰਟ ਤਾਂ ਆਪਾਂ ਇੱਥੋਂ ਮਾਪ ਲਾਂਗੇ, ਪੋਟੈਂਸ਼ੀਅਲ ਅੰਤਰ ਲਈ ਕੀ ਕਰੋਗੇ? ਤਾਂ ਪੋਟੈਂਸ਼ੀਅਲ ਅੰਤਰ ਦੇ ਲਈ ਸਾਨੂੰ ਪਤਾ ਕਿ ਸਾਨੂੰ ਕੋਈ 2 ਪੁਆਇੰਟ ਚੂਜ਼ ਕਰਨੇ ਪੈਣਗੇ ਬੇਟਾ, ਕੋਈ ਵੀ 2 ਪੁਆਇੰਟ ਕਿਤੇ ਵੀ, ਕਿਉਂਕਿ ਪੋਟੈਂਸ਼ੀਅਲ ਅੰਤਰ ਜਿਹੜਾ ਉਹ ਕੀ ਹੈ? ਕਾਰਜ ਹੈ, ਕਿੰਨਾ ਵਰਕ ਡਨ ਪਰ ਯੂਨਿਟ ਚਾਰਜ ਹੋ ਰਿਹਾ. ਕਾਰਜ ਲਈ ਕੀ ਕਰਨਾ ਪਏਗਾ ਆਪਾਂ ਨੂੰ? ਆਪਾਂ ਨੂੰ ਪਤਾ ਕਿ ਆਪਾਂ ਨੂੰ ਵਿਸਥਾਪਨ ਕਰਾਉਣਾ ਪਏਗਾ, ਇਲੈਕਟ੍ਰੋਨ ਚੱਲ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ. ਜੇ ਮੈਂ ਕਰੰਟ ਔਨ ਕਰਦਾ ਤਾਂ ਮੰਨ ਲਓ ਕਿ ਜਿਹੜਾ ਚਾਰਜ ਉਹ ਇੱਧਰ ਨੂੰ ਚੱਲ ਰਿਹਾ ਪੋਜ਼ਿਟਿਵ, ਤਾਂ ਆਪਾਂ ਪੋਟੈਂਸ਼ੀਅਲ ਅੰਤਰ ਕੱਢਣ ਲਈ 2 ਪੁਆਇੰਟ ਚੂਜ਼ ਕੀਤੇ. ਆਹ ਮੇਰਾ ਜਿਹੜਾ ਮੰਨ ਲਓ ਕਿ ਪਹਿਲਾ ਪੁਆਇੰਟ ਹੈ, ਠੀਕ ਹੈ, ਅਤੇ ਇੱਧਰਲੇ ਪਾਸੇ ਜਿਹੜਾ ਇਹ ਮੇਰਾ ਦੂਜਾ ਪੁਆਇੰਟ ਹੈ. ਇਹ ਆ ਲਓ, ਇੱਧਰ ਨੈਗੇਟਿਵ ਲਾ ਤਾ ਆਪਾਂ, ਰਾਈਟ. ਆਪਾਂ ਹੁਣ 2 ਪੁਆਇੰਟ ਜਿਹੜੇ ਨੇ ਉਹ ਲਾ ਲਏ. ਇਹ ਤੁਹਾਡੀ ਵਿਜੀਬਿਲਿਟੀ ਆਫ ਕੋ, ਰਾਈਟ. ਇੱਕ ਇੱਥੇ ਕਰੋਕੋਡਾਈਲ ਕਲਿੱਪ ਲਾਤਾ, ਇੱਕ ਇੱਥੇ ਲਾਤਾ. ਜਿਹੜਾ ਇਹ ਵੋਲਟ ਮੀਟਰ ਇਹਨੂੰ ਮੈਂ ਥੋੜ੍ਹਾ ਹੋਰ ਉੱਪਰ ਕਰ ਰਿਹਾ. ਆਈ ਹੋਪ ਕਿ ਤੁਹਾਨੂੰ ਵਿਜੀਬਿਲਿਟੀ ਹੋ ਰਹੀ ਹੈ. ਇਹਨੂੰ ਵੀ ਆਪਾਂ ਔਨ ਕਰ ਦਿੰਦੇ ਹਾਂ. ਤਾਂ ਸਭ ਤੋਂ ਪਹਿਲੇ ਨੰਬਰ 'ਤੇ ਆਪਣੀ ਜਿਹੜੀ ਰੀਡਿੰਗ ਹੈ ਦੋਨਾਂ 'ਤੇ ਕਿੰਨੀ ਕਿੰਨੀ ਆ ਰਹੀ ਹੈ? 0-0. ਸੋ ਗ੍ਰਾਫ ਜਿਹੜਾ ਆਪਾਂ ਨਾਲ ਨਾਲ ਬਣਾਉਂਦੇ ਜਾਣਾ ਵੋਲਟੇਜ ਅਤੇ ਕਰੰਟ ਦੇ ਵਿਚਾਲੇ. ਤਾਂ ਤੁਸੀਂ ਦੇਖੋ ਕਿ ਸਭ ਤੋਂ ਪਹਿਲੇ ਨੰਬਰ 'ਤੇ ਜਦੋਂ ਆਪਣੀ ਵੋਲਟੇਜ 0 ਹੈ ਅਤੇ ਆਪਣਾ ਕਰੰਟ ਵੀ ਕਿੰਨਾ? 0 ਹੈ. ਹੁਣ ਅੱਗੇ ਚੱਲਦੇ ਹਾਂ, ਮੈਂ ਬੈਟਰੀ ਨੂੰ ਔਨ ਕਰਨ ਜਾ ਰਿਹਾ. ਠੀਕ ਹੈ, ਬੈਟਰੀ ਨੂੰ ਕਿੱਦਾਂ ਔਨ ਕਰਾਂਗੇ? ਕਿ ਇਹਨੂੰ ਔਨ ਕੀਤਾ ਤਾਂ ਤੁਸੀਂ ਦੇਖੋ ਕਿ ਜਿੱਦਾਂ ਹੀ ਮੈਂ ਔਨ ਕੀਤਾ, 2 volt ਦਿੱਤਾ, 2 volt ਸਪਲਾਈ ਦੇਣ ਨਾਲ ਜਿਹੜਾ ਕਰੰਟ ਹੈ ਉਹ 0.25 ampere ਅਤੇ ਜਿਹੜਾ ਵੋਲਟੇਜ ਉਹ 0.65 volt ਉੱਥੇ ਆ ਰਿਹਾ ਹੈ. ਬੈਟਰੀ ਨੂੰ ਆਫ ਕਰਾਂਗੇ ਐਂਡ ਪਹਿਲੀ ਰੀਡਿੰਗ ਜਿਹੜੀ ਹੈ ਕਿੰਨਾ ਕਰੰਟ ਸੀਗਾ? 0.25 ampere ਕਰੰਟ ਸੀਗਾ ਅਤੇ 0.65 volt ਜਿਹੜਾ ਹੈ ਉਹ ਪੋਟੈਂਸ਼ੀਅਲ ਅੰਤਰ ਸੀਗਾ. ਇਹ ਮੈਂ ਨੋਟ ਕਰ ਲਈ ਪਹਿਲੀ ਵੈਲਿਊ. ਇਸ ਵੈਲਿਊ ਨੂੰ ਆਪਾਂ ਕੀ ਕਰਨਾ? ਜਿਹੜਾ ਆਪਾਂ ਇਹ ਟੇਬਲ ਬਣਾਇਆ ਇਹਦੇ 'ਚ ਆਪਾਂ ਭਰ ਦੇਣਾ. ਸੋ ਜਿਹੜੀ ਦੂਜੀ ਰੀਡਿੰਗ ਉਹ ਮੈਂ ਭਰ ਰਿਹਾ ਕਿ 0.65 volt ਅਤੇ ਕਰੰਟ ਜਿਹੜਾ ਉਹ ਕਿੰਨਾ ਚੱਲ ਰਿਹਾ ਹੈ? 0.25. ਇੱਕ ਵਾਰ ਫਿਰ ਵੇਰੀਫਾਈ ਕਰ ਲਈਏ ਇਹ ਚੀਜ਼ ਨੂੰ. ਸੋ ਦੁਬਾਰਾ ਇੱਕ ਵਾਰ ਰੀਡਿੰਗ ਨੋਟ ਕਰ ਲੈਣਾ. ਇਹ ਹਰ ਵਾਰ ਥੋੜ੍ਹੀ ਬਹੁਤ ਚੇਂਜ ਹੋਏਗੀ, ਬਟ ਆਪਾਂ ਇਹ ਮੰਨ ਕੇ ਚੱਲਦੇ ਕਿ ਜਿਹੜੀ ਆਪਾਂ ਪਹਿਲੀ ਵੈਲਿਊ ਲਈ ਉਹਨੂੰ ਠੀਕ ਮੰਨ ਲੈਂਦੇ ਹਾਂ. ਠੀਕ ਹੈ, ਅਪਰੋਕਸੀਮੇਟਲੀ ਉਨਾ ਹੀ ਹੈ ਬੇਟਾ. ਅੱਗੇ ਚੱਲਦੇ ਹਾਂ. ਤਾਂ ਮੈਂ ਇਸ ਤੋਂ ਬਾਅਦ ਕੀ ਕਰਦਾ, ਬੈਟਰੀ ਇਲੀਮੀਨੇਟਰ ਤੋਂ ਤੁਸੀਂ ਦੇਖ ਰਹੇ ਹੋ ਆਪਾਂ ਵੋਲਟੇਜ ਨੂੰ ਕੀ ਕਰਨਾ? ਵਧਾਉਣਾ ਹੈ ਨਾ. ਤਾਂ ਮੈਂ ਵੋਲਟੇਜ ਨੂੰ ਵਧਾ ਰਿਹਾ, ਇਹਨੂੰ ਔਨ ਕਰ ਰਿਹਾ. ਜਿਵੇਂ ਔਨ ਕੀਤਾ ਹੁਣ ਜਿਹੜੀ ਤੁਹਾਡੇ ਕੋਲ ਰੀਡਿੰਗ ਆ ਰਹੀ ਹੈ ਉਹ ਕਿੰਨੀ ਆ ਰਹੀ ਹੈ? 0.50 ampere ਅਤੇ 1.37 volt. ਠੀਕ ਹੈ, ਓਕੇ. ਇਹਨੂੰ ਆਫ ਕਰਦੇ ਹਾਂ. ਇਹ ਵਾਲੀਆਂ ਦੋਨੋਂ ਰੀਡਿੰਗਸ ਜਿਹੜੀਆਂ ਇਹਨਾਂ ਨੂੰ ਆਪਾਂ ਦੁਬਾਰਾ ਟੇਬਲ ਦੇ ਵਿੱਚ ਭਰ ਦਿੰਦੇ ਹਾਂ. ਆਪਣੀ ਜਿਹੜੀ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਕਿੰਨਾ? ਕਿੰਨਾ ਸੀ ਬੇਟੇ? 1.37 volt. ਅਤੇ ਜਿਹੜਾ ਕਰੰਟ ਹੈ ਉਹ ਕਿੰਨਾ ਚੱਲਿਆ? 0.50. ਠੀਕ ਹੈ, ਫਿਰ ਇੱਕ ਵੈਲਿਊ ਆਪਾਂ ਹੋਰ ਲੈਂਦੇ ਹਾਂ. ਮੈਂ ਜਿਹੜੀ ਵੋਲਟੇਜ ਹੈ ਉਹਨੂੰ ਹੋਰ ਵਧਾ ਰਿਹਾ. ਤਾਂ ਤੁਸੀਂ ਪਹਿਲਾਂ ਇੱਧਰ ਇਲੀਮੀਨੇਟਰ ਤੋਂ ਦੇਖ ਸਕਦੇ ਹੋ ਕਿ ਆਪਾਂ ਅਗਲੀ ਰੀਡਿੰਗ 'ਤੇ ਚੱਲ ਰਹੇ ਹਾਂ. ਹੁਣ ਜਿਹੜਾ ਹੈ ਇੱਥੇ ਮੈਂ 6 volt 'ਤੇ ਕਰਕੇ ਬੈਟਰੀ ਇਲੀਮੀਨੇਟਰ ਨੂੰ ਔਨ ਕਰ ਰਿਹਾ. ਜਿਵੇਂ ਹੀ ਔਨ ਕਰਾਂਗਾ ਸਰਕਟ 'ਚ ਕਰੰਟ ਚੱਲਣਾ ਸ਼ੁਰੂ ਹੋਏਗਾ. ਲਓ ਜੀ, ਕਰੰਟ ਚੱਲ ਰਿਹਾ. ਤੁਸੀਂ ਉੱਪਰਲੇ ਕੈਮਰੇ ਤੋਂ ਦੇਖੋ ਕਿੰਨੇ ਐਂਪੀਅਰ ਕਰੰਟ ਹੈ. 0.73 ampere ਕਰੰਟ ਹੈ ਅਤੇ 2.14 volt ਹੈ ਬੇਟਾ. ਠੀਕ ਹੈ, ਸੋ ਇਹ ਆਪਣੇ ਕੋਲ ਕਿੰਨਵੀਂ ਰੀਡਿੰਗ ਆ ਗਈ? ਤੀਜੀ. ਇਹਨੂੰ ਵੀ ਆਪਾਂ ਆਓ ਟੇਬਲ ਦੇ ਵਿੱਚ ਭਰ ਲਈਏ. ਤਾਂ ਤੁਹਾਡੇ ਕੋਲ ਜਿਹੜੀਆਂ ਵੈਲਿਊਜ਼ ਨੇ ਉਹ ਕਿਹੜੀਆਂ ਕਿਹੜੀਆਂ ਨੇ? 2.14 ਅਤੇ ਕਰੰਟ ਜਿਹੜਾ ਉਹ 0.73 ampere ਚੱਲ ਰਿਹਾ ਹੈ. ਇਹਨੂੰ ਨੋਟ ਕੀਤਾ ਬੇਟਾ. ਤਾਂ ਤੁਸੀਂ ਇਹ ਨੋਟ ਕਰਨਾ, ਮੈਂ ਇਹ ਚਾਹਾਂਗਾ ਕਿ ਆਪਾਂ ਤੀਜੀ ਰੀਡਿੰਗ ਜਿਹੜੀ ਉਹਨੂੰ ਇੱਕ ਵਾਰ ਦੁਬਾਰਾ ਲੈ ਲਈਏ. ਸੋ ਮੈਂ ਇਹਨੂੰ ਦੁਬਾਰਾ ਔਨ ਕਰ ਰਿਹਾ ਬੇਟਾ ਇੱਕ ਵਾਰ ਵੇਰੀਫਾਈ ਕਰਨ ਲਈ.
तो इनू ऑन किया नोट कर सकते हो जो करंट है वह 0.73 एम्पीयर जी वोल्टेज है 2. जिथे स्टेबल हो जाएगी 1.1 वोल्ट आ रहा है तो आप जी रीडिंग थोड़ी ऑल्टर कर दें एक्सपैरीमेंट नूं बार बार करना ओके होंदा उहदे नाल अपने कोल जिहड़े रिजल्ट ने वह ज़्यादा बढ़िया आउंदे ने सो तुसी हुण जिहड़ा ग्राफ देख रहे हो वह अप्रोक्सीमेटली ऐ लग रहा है कि जिवें एक सीधी स्ट्रेट लाइन बन रही है तो जिहड़ा वी ते आई नूं भाग करके जिहड़ा आंसर आउणा सी वह लगभग सेम आ रहा लगभग ठीक है इहनूं असीं लगभग कहांगे जे आपां इहनां दी औसत कढ़ीए तां 2.7 ओम दे लागे इहदी औसत आएगी बेटा सो इहदा मतलब इह होया कि वी जिवें जिवें असीं वी वधा रहे हां वोल्टेज वधा रहे हां उवें उवें करंट भी वध रहा है तो इन दे विच जिहड़ा अनुपात है वह लगभग जिहड़ा 2.7 दे नेड़े तेड़े रह रहा है ठीक है ओम ने आपका नियम बेटा यही दिता तुसी स्लाइड विच नोट करो आपां नूं सब नूं पता है कि किसी चालक दियां जे भौतिक स्थितियां सेम रहन इहदा मतलब की है कि तापमान वगैरह ना वधे बट आपां नूं पता है कि जिहड़ा हुण आपां एक्सपैरीमेंट कर रहे हैं इहदे विच तापमान वध रहा होना तां जेकर आपां कोई भी दो पॉइंट लैके उहनां विच पोटेंशियल अंतर कढ़ीए तो सर्किट में वग रहे करंट जिहड़ा उहनूं नोट करिए जिवें जिवें वी वधाउंदे आ उवें उवें आई भी वधदा तो वी ते आई का अनुपात जिहड़ा उह की रहिंदा स्थिर यह है बेटा ओम का नियम ठीक है आई होप कि तुहानूं ओम का नियम जिहड़ा उह सारिआं नूं क्लीयर होगा एक बार फिर दुबारा तुसीं इह देख लो कि सर्किट जिहड़ा उह किवें लाया सो तुसीं कोई भी एक तार लैके प्रतिरोध लैके मतलब कोई भी एक तार लैके उहनूं बैटरी नाल जोड़ देना आ जिहड़े दो एंड सी अपने वह पॉइंट बनणगे जिथे आपां वोल्ट मीटर लावांगे इन्हां दोनों पॉइंटां दे दुआले बेटा हुण की करांगे सर्किट च करंट मापन लई की करोगे सब तो पहला की लाओगे किसी भी जगह तो ब्रेक करके एक एमीटर लगाओगे ये आपां नूं सर्किट विच चल रहे करंट बारे दसेगा एंड इन्हां दो पॉइंटां दे विचकार जे मैं पोटेंशियल अंतर कढ़ना होवे तो फिर की करोगे वोल्ट मीटर लैके आओगे है ना सो वोल्ट मीटर लोगे उहनूं इदां इहदे नाल कनैक्ट कर दोगे फिर की होएगा बैटरी तो तुसी जिहड़ा सप्लाई करी जाणा वोल्टेज नूं वधाई जाणा यह दोनों वधणगे लेकिन इन्हां दोनों च अनुपात की रहेगा स्थिर रहेगा जिहनूं असीं की कहिंदे आ प्रतिरोध कहिंदे आ सो इह है बेटा ओम दा नियम आई होप कि तुसी इहनूं याद रखोगे सारे जणे आओ आपां पढ़िया इहदी रिविजन कर लईए बेटा सो तुसीं एक सर्किट देख रहे हो इस सर्किट दे विच जिहड़ा एक जिहड़ा सर्कल है उत्थे वोल्ट मीटर लाउणा है दूजा जिहड़ा सर्कल है उत्थे आपां एम मीटर लाउणा है तो दसो कि कित्थे वोल्ट मीटर लाओगे तो कित्थे एम मीटर लगाओगे गुड वोल्ट मीटर जिहड़ा उह समांतर लावांगे है ना समांतर मतलब किहड़ी जगह होएगी समांतर आह कि आह वाली याद करो कि वोल्ट मीटर का मतलब यह है कि आपां दो पॉइंटां दे विचकार पोटेंशियल अंतर कढ़ना सो आपां जिहड़ा इस तरह जिहड़ा एम मीटर उहनूं किवें लावांगे लड़ी दे विच ठीक है तो तुसीं देख सकते हो जिन्हां बच्चों ने गैस किया गुड हुण तुसीं पॉजिटिव ते नैगेटिव साइन लाओ कित्थे लाओगे एम मीटर का पॉजिटिव ते नैगेटिव किधर आएगा इस तरह वोल्ट मीटर का पॉजिटिव ते नैगेटिव किधर आएगा याद रखियो कि घूमना मोटर ने मोटर नूं कितें आपां खराब नहीं करना यानी कि थोड़े एमीटर नूं आपां उहदी नीडल तोड़नी नहीं हैगी सो किधर लाओगे बैटरी दे पॉजिटिव तो करंट आएगा आपां इधर पॉजिटिव लावांगे बेटा इधर नैगेटिव इदां ही वोल्ट मीटर दे इधर पॉजिटिव ते इधर नैगेटिव अगे आओ किसी चालक दुआले जे आपां वोल्टेज वधा दईए तो फिर करंट नूं की फर्क पैंदा उह वी की करेगा वधेगा इस तरह किसी चालक लई जे आपां वी ते आई दा ग्राफ बनाईए यानी कि वोल्टेज दा ते करंट दा ग्राफ बनाईए वह किदां दा बनेगा किवें दा बनिया सी ग्राफ याद है यस एक रेखा बनेगा इस तों बाद सर्किट विच जिहड़ा करंट पता करन लई एक डैश सिलैक्ट करना पैंदा है यानी कि जे तुसीं किसी सर्किट च करंट पता करना है तो तुहानूं की करना पएगा याद करो कि जे आपां किसी सड़क की आवाजाई देखनी है भी उत्थे किन्ने ट्रैफिक लंघ रहे ने पर सैकेंड या पर मिनट तो आपां नूं नाका लाउणा पएगा इहना मतलब तुहानूं की लैणा पएगा एक परिखेतर या क्रॉस सैक्शन तो पोटेंशियल अंतर जिहड़ा है वह किवें पता करीदा आपां
मैं लिखे कि पोटेंशियल अंतर हमेशा डैश विचकार पता किया जाता है। सो आंसर है कि दो पॉइंटां दे विचकार, क्योंकि कारज जिहड़ा है करन दे लई विस्थापित होना जरूरी है, इस करके दो पॉइंट आपां नूं लैणे पैंदे ने। सो प्यारे बच्चो, मैं आस करदा कि जिहड़ा अज दा लैक्चर है ये तुहाडे लई लाहेवंद रहा होएगा। तुसीं सारिआं ने घर जाके जिहड़ी आपदी बुक है उहदे तों इहनूं पढ़ लैणा दुबारा। अगले लैक्चर दे विच आपां प्रतिरोध बारे जानांगे, आपां इह वी जानांगे कि जिहड़ियां बल्ब ने उह क्यों जगदे ने, जद कि सारियां तारां क्यों नहीं जगदियां। तां प्रतिरोध बहुत इंट्रस्टिंग टॉपिक है, अगले लैक्चर च मिलांगे। तद तक लई थैंक यू बेटा।